ਹਨ ਛੱਡ ਕੇ ਕਰੰਗੀ ਲਗਾ ਹੰਸ ਫਿਟ ਏ ਵਿਹਾਜ ਜੀਵ ਆ ਜਿਤ ਖਾਏ ਵਧਾਇ ਪੇਟ ਨਾਨਕ ਸਚੇ ਨਾਮ ਬਿਨ ਸਭ ਦੁਸ਼ਮਨ ਹੈ ਤੰ ਨਾਨਕ ਸਚੇ ਨਾਮ ਬਿਨ ਸਬੋ ਦੁਸ਼ਮਨ ਹੀ ਤਮ ਪਰਮ ਸਨਮਾਨ ਯੋਗ ਸ਼ਵਰ ਛਤਰ ਤਖ ਦੇ ਮਾਲਕ ਹਾਜ਼ਰਾ ਹਾਜ਼ੂਰ ਸਰਬ ਰੇ ਕਾਇਨਾਤ ਦੇ ਮਾਲਕ ਜੁਗ ਹੋ ਜੁਗ ਅਟਲ ਧੰ ਧੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤ ਗੁਰਾਂ ਦੀ ਪਾਵਨ ਪਵਿੱਤਰ ਨਿੱਗੀ ਗੋਦ ਅੰਦਰ ਸੁਭਾਏ ਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰਾਂ ਨੇ અપਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸੰਧਿਆ ਵੇਲੇ ਦੇ ਇੰਨਾ ਪਾਵਨ ਦੀਵਾਨਾ ਅੰਦਰ ਬڑے ਪਿਆਰ ਔਰ ਬੜੀ ਇਕਾਗਰਤਾ ਦੇ ਨਾਲ ਇਲਾਹੀ ਅੰਮ੍ਰਿਤ ਬਾਣੀ ਦੇ ਕੀਰਤਨ ਔਰ ਨਾਮ ਸਿਮਰਨ ਦੇ ਨਾਲ ਆਪ ਜੀ ਜੁੜ ਬੈਠੇ ਸੋ ਆਉ ਜੋ ਸਮਾਂ ਦਾਤਾਰ ਪਿਤਾ ਜੀ ਨੇ ਬਖਸ਼ਿਸ਼ ਕੀਤਾ ਹੈ ਸਮੇ ਦੇ ਅਧੀਨ ਇਸ ਵਿਸ਼ੇ ਤੇ ਸਬਜੈਕਟ ਤੇ ਆਪਾਂ ਵਿਚਾਰ ਕਰਨੀ ਹੈ ਜੋ ਮੇਰੇ ਮਾਲਕ ਨੇ ਬਾਣੀ ਦੇ ਅੰਦਰ ਨਾਮ ਦੀ ਗੱਲ ਕੀਤੀ ਹੈ ਸਿਮਰਨ ਦੀ ਗੱਲ ਕੀਤੀ ਹੈ ਵਾਰ-ਵਾਰ ਪ੍ਰਮਾਤਮਾ ਦੇ ਨਾਮ ਨੂੰ ਜਪਨ ਦੀ ਗੱਲ ਕੀਤੀ ਹੈ ਇਸ ਸਮੁੱਚੀ ਵਿਚਾਰ ਅਸਲ ਵਿੱਚ ਹੈ ਕਿ ਉਹ ਕਿਵੇਂ ਮਨੁੱਖ ਉਸ ਮਾਲਕ ਦੇ ਅੰਮ੍ਰਿਤ ਸਿਮਰਨ ਦੇ ਨਾਲ ਜੁੜ ਕੇ ਆਪਣੇ ਜੀਵਨ ਦੇ ਮਕਸਦ ਨੂੰ ਸਾਧ ਸਕਦਾ ਹੈ ਆਓ ਗੁਰੂ ਕਿਰਪਾ ਕਰੇ ਆਪ ਜਿੰਨੇ ਤਨ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ ਕਰੋ ਕਿਰਪਾ ਗੁਰੂ ਬਖਸ਼ੀ ਫਤਿਹ ਪਰਵਾਨ ਕਰੋ ਜੀ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਤਨ ਤਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਬਾਣੀ ਅੰਦਰੋਂ ਇਹ ਪਾਵਨ ਬਚਨ ਆਪ ਬਹੁਤ ਵਾਰੀ ਸਰਵਨ ਕਰ ਚੁਕੇ ਹੋ ਔਰ ਰੋਜ਼ਾਨਾ ਜਦੋਂ ਸਵੇਰੇ ਆਪ ਨਿਤਨੇਮ ਸਬਜਿਦੀਆਂ ਬਾਣੀਆਂ ਪੜਦੇ ਹੋ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਇਹ ਮੁਬਾਰਕ ਬਚਨ ਕਿ ਜਿਵੇਂ ਇਸ ਸੰਸਾਰ ਦੇ ਅੰਦਰ ਇਸ ਜਗਤ ਦੇ ਅੰਦਰ ਇਹ ਮਾਇਆ ਦਾ ਪ੍ਰਭਾਵ ਹੈ ਸਭ ਕਿੰਨੇ ਜਿਵੇਂ ਮਾਂ ਦੇ ਉਦਰ ਦੇ ਅੰਦਰ ਉਹ ਅਗਨ ਹੈ ਜਿਸ ਅਗਨ ਦੇ ਅੰਦਰ ਬੱਚੇ ਦਾ ਵਿਕਾਸ ਹੁੰਦਾ ਹੈ ਇਸੇ ਤਰ੍ਹਾਂ ਸੰਸਾਰ ਦੀ ਇਹ ਮਾਇਆ ਹੈ ਪਰਦਾਤਾਰ ਪਿਤਾ ਜੀ ਨੇ ਉੱਥੇ ਇੱਕ ਬਚਨ ਬਹੁਤ ਪਿਆਰਾ ਬਖਸ਼ਿਸ਼ ਕੀਤਾ ਹੈ ਸਭ ਕਹਿੰਦੇ ਨੇ ਹੈ ਤੇ ਦੋਵੇਂ ਪ੍ਰਕਰਨ ਇੱਕੋ ਵਰਗੇ ਹੀ ਪਰ ਕੀ ਕਾਰਨ ਨੇ ਵੀ ਜਦੋਂ ਤੱਕ ਇਹ ਮਾਨ ਦੇ ਉਦਰ ਵਿੱਚ ਸੀ ਇਹਨੇ ਆਪਣੇ ਆਪ ਵਿੱਚ ਕੋਈ ਉਪਾਰ ਨਹੀਂ ਕੀਤਾ ਇਹਨੇ ਆਪਣੇ ਆਪ ਵਿੱਚ ਕੋਈ ਯਤਨ ਨਹੀਂ ਕੀਤਾ ਪਰ ਇਸ ਦੇ ਬਾਵਜੂਦ ਵੀ ਇਹ ਉਸ ਥਾਂ ਤੇ ਬਿਲਕੁਲ ਸੁਰੱਖਿਅਤ ਰਿਹਾ ਬਿਲਕੁਲ ਚੰਗਾ ਰਿਹਾ ਪਰ ਕੀ ਕਾਰਨ ਨੇ ਵੀ ਜਦੋਂ ਸੰਸਾਰ ਦੇ ਅੰਦਰ ਇਹਨੇ ਕਦਮ ਰਖਿਆ ਤੇ ਇਹਦਾ ਉਸ ਪ੍ਰਮਾਤਮਾ ਅਕਾਲ ਪੁਰਖ ਦੇ ਨਾਲੋਂ ਵਿਛੋੜਾ ਬਣਿਆ ਤੇ ਫਿਰ ਇਹ ਸੰਸਾਰ ਦੀ ਮਾਇਆ ਨੇ ਇਸ ਸੰਸਾਰ ਦੇ ਮੰਦ ਕਰਮਾਂ ਨੇ ਇਹਦੇ ਜੀਵਨ ਤੇ ਪ੍ਰਭਾਵ ਪਾਣਾ ਸ਼ੁਰੂ ਕਰ ਦਿੱਤਾ ਸਭ ਉਥੇ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ ਦਾਤਾਰ ਬਿਤਾ ਕਹਿੰਦੇ ਨੇ ਇਹਦਾ ਕਾਰਨ ਹੈ ਜਦੋਂ ਆਪ ਬਚਨ ਪੜਦੇ ਹੋ ਵੀ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਇਹਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਵਿੱਚ ਧੰਨ ਗੁਰੂ ਨਾਨਕ ਬਾਬਾ ਜੀ ਕਹਿੰਦੇ ਹਨ ਕਿ ਹੈ ਮੇਰੇ ਮਾਲਕ ਜੀ ਇਹ ਇਸ ਤਰ੍ਹਾਂ ਦੀ ਖੇਡ ਹੈ ਪਾਤਸ਼ਾਹ ਕਹਿੰਦੇ ਨੇ ਮੇਰੇ ਮਾਲਕ ਮੈਂ ਭਰੋਸਾ ਕੀਤਾ ਤੇਰੇ ਚਰਨਾਂ ਤੇ ਮੈਨੂੰ ਹੀ ਆਕੀਦਾ ਬਣਿਆ ਤੇਰੇ ਚਰਨਾਂ ਤੇ ਹੁਣ ਇੱਥੇ ਤੇ ਉੱਥੇ ਦੋਵੇਂ ਥਾਵਾਂ ਤੇ ਮੈਨੂੰ ਤੇਰਾ ਭਰੋਸਾ ਹੈ ਮੈਂ ਤੇਰਾ ਲੜ ਫੜਿਆ ਤੇ ਜਦੋਂ ਮੈਂ ਇੱਥੇ ਤੇ ਉੱਥੇ ਤੇਰਾ ਲੜ ਫੜਿਆ ਮੇਰੇ ਮਾਲਕ ਜੀ ਏ ਵੀ ਯਕੀਨੀ ਗੱਲ ਏ ਵੀ ਤੂੰ ਮੈਨੂੰ ਸੰਸਾਰ ਦੇ ਇਸ ਮਾਇਆ ਦੇ ਵਿੱਚ ਡੋਲ ਨਹੀਂ ਦਿੱਤਾ ਤੁਸੀਂ ਬਚਨ ਪੜ੍ਹਦੇ ਹੋ ਸੋਰਠ ਰਾਗ ਦੇ ਅੰਦਰ ਉਹ ਧੰਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਬਾਰਕ ਬਚਨ ਸਾਬ ਕਹਿੰਦੇ ਨੇ ਈहां ਉहां ਤੁਹਾਰੋ ਤੋਰਾ ਠਾਕੁਰ ਹੇ ਮੇਰੇ ਮਾਲਕ ਅਕਾਲ ਪੁਰਖ ਮੇਰੇ ਸਤਿਗੁਰ ਜੀ ਮੈਨੂੰ ਇੱਥੇ ਤੇ ਉੱਥੇ ਤੇਰਾ ਆਸਰਾ ਹੈ ਜਦੋਂ ਸਤਿਗੁਰ ਕਹਿੰਦੇ ਨੇ ਕਿਵੇਂ ਇੱਥੇ ਤੇ ਉੱਥੇ ਦਾ ਮਤਲਬ ਕੀ ਹੈ ਇਹ ਈਹਾਂ ਤੇ ਓਹਾਂ ਦਾ ਵਿਸ਼ਲੇਸ਼ਣ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਫਿਰ ਬਾਣੀ ਵਿੱਚ ਕੀਤਾ ਸਾਬ ਕਹਿੰਦੇ ਨੇ ਇੱਥੇ ਤੇ ਉੱਥੇ ਦਾ ਮਤਲਬ ਹੀ ਅਸਲ ਵਿੱਚ ਇਹ ਬਣਦਾ ਹੈ ਕਿ ਇੱਥੇ ਦਾ ਭਾਵ ਹੈ ਸੰਸਾਰ ਈਹਾਂ ਦਾ ਭਾਵ ਹੈ ਇਹ ਜਗਤ ਤੇ ਓਹਾਂ ਦਾ ਭਾਵ ਹੈ ਮਾਤਾ ਦਾ ਉਧਰ ਸਾਬ ਕਹਿੰਦੇ ਨੇ ਆਹ ਦੋ ਚੀਜ਼ਾਂ ਨੇ ਪਾਤਸ਼ਾਹ ਕਹਿੰਦੇ ਨੇ ਪਰ ਇਹਨਾਂ ਦੋਵਾਂ ਵਿੱਚ ਫਰਕ ਇਹ ਇੱਕ ਥਾਂ ਤੇ ਇਹਨੇ ਕੋਈ ਯਤਨ ਨਹੀਂ ਕੀਤਾ ਕੋਈ ਉਪਾਰ ਨਹੀਂ ਕੀਤਾ ਸਹਿਜ ਸੁਭਾਵਕ ਇਹ ਪ੍ਰਮਾਤਮਾ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੈ ਤੇ ਉਸ ਹੁਕਮ ਦੇ ਵਿੱਚ ਚੱਲਣ ਕਰਕੇ ਦਾਤਾਰ ਪਿਤਾ ਕਹਿੰਦੇ ਨੇ ਇਹਨੂੰ ਉਹ ਅਗਨ ਸਾੜ ਨਾ ਸਕੇ ਦੂਜੇ ਪਾਸੇ ਸਤਿਗੁਰ ਕਹਿੰਦੇ ਨੇ ਜਦੋਂ ਇਹਨੇ ਸੰਸਾਰ ਵਿੱਚ ਕਦਮ ਰਖਿਆ ਇਸ ਜਗਤ ਵਿੱਚ ਕਦਮ ਰੱਖਿਆ ਇੱਥੇ ਕਦਮ ਰੱਖਣ ਤੋਂ ਬਾਅਦ ਦਾਤਾਰ ਬਿਤਾ ਕਹਿੰਦੇ ਨੇ ਆ ਜਿਹੜਾ ਮਾਇਆ ਦਾ ਪ੍ਰਭਾਵ ਸੀ ਇਹ ਸਿਮਰਨ ਨਾਲੋਂ ਟੁੱਟਣ ਦੀ ਧੀਰ ਸੀ ਪ੍ਰਮਾਤਮਾ ਦੇ ਹੁਕਮ ਤੋਂ ਬਾਹਰ ਹੋਣ ਦੀ ਧੀਰ ਸੀ ਦਾਤਾਰ ਬਿਤਾ ਕਹਿੰਦੇ ਨੇ ਇਸ ਮਾਇਆ ਦੇ ਪ੍ਰਭਾਵ ਨੇ ਇਹਨੂੰ ਆਪਣੇ ਵਸ਼ ਵਿੱਚ ਕਰ ਲਿਆ ਤੇ ਜਦੋਂ ਇਹ ਉਸ ਦੇ ਪ੍ਰਭਾਵ ਵਿੱਚ ਆਇਆ ਸਹਿਬ ਕਹਿੰਦੇ ਨੇ ਲਿਵ ਛੁਟ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਪਾਤਸ਼ਾਹ ਕਹਿੰਦੇ ਨੇ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇ ਇਹਦੇ ਅੰਦਰ ਮੋਹ ਪੈਦਾ ਹੋਇਆ ਸੰਸਾਰ ਦੇ ਪਦਾਰਥਾਂ ਦਾ ਐਸਾ ਮੋਹ ਪੈਦਾ ਹੋਇਆ ਸਹਿਬ ਕਹਿੰਦੇ ਨੇ ਇਹਦੇ ਅੰਦਰ ਰੱਬ ਨਾਲੋਂ ਟੁੱਟ ਕੇ ਦੂਜੇ ਭਾਉ ਦੇ ਵਿੱਚ ਸੰਸਾਰ ਦੇ ਨਾਲ ਇਹਦਾ ਚਿੱਤ ਜੁੜ ਗਿਆ ਹੁਣ ਸੰਸਾਰ ਨਾਲ ਜਦੋਂ ਚਿੱਤ ਜੁੜਿਆ ਦਾਤਾਰ ਪਿਤਾ ਕਹਿੰਦੇ ਨੇ ਸੱਚ ਵਿੱਚ ਸਾਰੀ ਜੀਵਨ ਦੀ ਭਟਕਣਾ ਉਦੋਂ ਸ਼ੁਰੂ ਹੋ ਗਈ ਜਿੰਨੀ ਦੇਰ ਤੱਕ ਇਹ ਨਾਮ ਨਾਲ ਜੁੜਿਆ ਸੀ ਹੁਣ ਉਹਨੂੰ ਮੇਰੇ ਸਤਿਗੁਰੂ ਗੁਰੂ ਨਾਨਕ ਗੁਰੂ ਅਰਜੁਨ ਦੇ ਪਾਤਸ਼ਾਹ ਕਹਿੰਦੇ ਨੇ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਵਿਨਾਸ਼ਨੰਗੇ ਨਾਨਕ ਜੀ ਹਰ ਸਾਹ ਵਿੱਚ ਮਾਲਕ ਦੀ ਯਾਦ ਵਿੱਚ ਜੁੜਿਆ ਹੈ ਉਹਦੇ ਹੁਕਮ ਵਿੱਚ ਤੁਰਦਾ ਹੈ ਉਹਦੀ ਰਜ਼ਾ ਵਿੱਚ ਰਹਿ ਰਿਹਾ ਹੈ ਤੇ ਸਤਿਗੁਰ ਕਹਿੰਦੇ ਨੇ ਉਸ ਰਜ਼ਾ ਵਿੱਚ ਰਹਿਣ ਦੇ ਕਾਰਨ ਇਹਨੂੰ ਉਸ ਥਾਂ ਤੇ ਦਾਤਾਰ ਪਿਤਾ ਕਹਿੰਦੇ ਨੇ ਮਹਾ ਅਗਨ 나 વિનાਸ਼ਨ ਇਹਨੂੰ ਉਹ ਵੱਡੀ ਅਗਨ ਵੀ ਵਿਨਾਸ਼ ਨਾ ਕਰ ਸਕੀ ਇਹਦਾ ਇਹਦੇ ਜੀਵਨ ਦੇ ਅੰਦਰ ਉਸ ਥਾਂ ਤੇ ਉਸ ਅਵਸਥਾ ਦੇ ਅੰਦਰ ਖੇੜਾ ਸੀ ਪਰ ਜਿਵੇਂ ਸਤਿਗੁਰ ਕਹਿੰਦੇ ਨੇ ਸੰਸਾਰ ਅੰਦਰ ਆਇਆ ਹੈ ਇੰਨੇ ਸੰਸਾਰ ਦੀ ਮਾਇਆ ਨੇ ਪ੍ਰਭਾਵ ਪਾਇਆ ਸਿਮਰਨ ਤੋਂ ਦੂਰ ਹੋਇਆ ਤੇ ਸੰਸਾਰ ਦੇ ਪ੍ਰਭਾਵ ਮੋਹ ਦੇ ਪ੍ਰਭਾਵ ਮਾਇਆ ਦੇ ਪ੍ਰਭਾਵ ਵਿੱਚ ਇਹ ਰੱਬ ਨਾਲੋਂ ਟੁੱਟ ਕੇ ਫਿਰ ਸਦਾ ਦੁਖੀ ਤੇ ਖਵਾਰ ਹੋਇਆ ਹੁਣ ਸਤਗੁਰ ਪਾਤਸ਼ਾਹ ਜੀ ਨੇ ਜਿਹੜੇ ਇਹ ਬਚਨ ਕਹੇ ਨੇ ਅਸਲ ਵਿੱਚ ਜੇ ਅਸੀਂ ਇਹ ਨਾ ਬਚਨਾਂ ਨੂੰ ਸਮਝਣ ਦਾ ਯਤਨ ਕਰੀਏ ਨਾ ਮੇਰਾ ਤੁਹਾਡਾ ਸੰਸਾਰ ਦਾ ਸਮੁੱਚਾ ਜੀਵਨ ਇਹਨਾਂ ਦੋ ਪ੍ਰਕਰਨਾ ਤੇ ਖੜਾ ਹੈ ਜਿਨੂੰ ਤੇ ਆਪਣੇ ਜੀਵਨ ਵਿੱਚ ਇੰਨੀ ਕੋ ਗੱਲ ਸਮਝ ਆ ਜਾਂਦੀ ਏ ਉਹ ਹਮੇਸ਼ਾ ਰੱਬ ਦੇ ਹੁਕਮ ਵਿੱਚ ਜਿੰਦਾ ਏ ਕਿ ਸਤਿਗੁਰ ਜਿਵੇਂ ਉਥੇ ਤੂੰ ਆਪਣਾ ਸਿਮਰਨ ਦੇ ਕੇ ਰੱਖਿਆ ਹੈ ਕਿਰਪਾ ਕਰ ਇੱਥੇ ਵੀ ਮੈਨੂੰ ਆਪਣੀ ਯਾਦ ਆਪਣਾ ਸਿਮਰਨ ਆਪਣੇ ਗੁਣਾਂ ਦੇ ਨਾਲ ਜੋੜ ਕੇ ਰੱਖ ਭਾਈ ਸਾਹਿਬ ਭਾਈ ਨੰਦ ਲਾਲ ਜੀ ਉਹਨਾਂ ਨੇ ਇੱਕ ਬਚਨ ਬੜਾ ਪਿਆਰਾ ਬਖਸ਼ਿਸ਼ ਕੀਤਾ ਏ ਉਹਨਾਂ ਦੇ ਤਿੰਨ ਸ਼ਬਦ ਨੇ ਤਿੰਨ ਉਹਨਾਂ ਦੀਆਂ ਗਜ਼ਲਾਂ ਨੇ ਇਸ ਪਰਥਾਏ ਵੀ ਅਸਲ ਵਿੱਚ ਸਿਮਰਨ ਹੈ ਕੀ ਤੇ ਮੈਂ ਸਿਮਰਨ ਕਿਉਂ ਜ਼ਰੂਰੀ ਕਹਿਣਾ ਵੀ ਸਿਮਰਨ ਕਰਨਾ ਤੇ ਸਿਮਰਨ ਨਾਲ ਜੁੜਨਾ ਕਿਉਂ ਜ਼ਰੂਰੀ ਹੈ ਉਹਨਾਂ ਦੇ ਬਚਨ ਨੇ ਉਹ ਕਹਿੰਦੇ ਨੇ ਮੇਰੇ ਮਾਲਕ ਵੈਸੇ ਤੇ ਦੁਨੀਆ ਤੇ ਬੜੇ ਲੋਕ ਨੇ ਜਿਨ੍ਹਾਂ ਦਾ ਜਨਮ ਹੁੰਦਾ ਹੈ ਤੇ ਉਹ ਆਪਣੇ ਜੀਵਨ ਦੀ ਯਾਤਰਾ ਕਰਕੇ ਸੰਸਾਰ ਤੋਂ ਇੱਕ ਦਿਨ ਚਲੇ ਜਾਂਦੇ ਨੇ ਉਹਨਾਂ ਮਨੁੱਖਾਂ ਵਿੱਚੋਂ ਬਹੁਤੇ ਐਸੇ ਨੇ ਜਿਨ੍ਹਾਂ ਨੂੰ ساری ਜ਼ਿੰਦਗੀ ਆਪਣੇ ਜੀਵਨ ਜਿਉਣ ਦੀ ਲਿਆਕਤ ਸਮਝ ਵਿੱਚ ਨਹੀਂ ਆਉਂਦੀ ਬਹੁਤੇ ਐਸੇ ਨੇ ਜਿਨ੍ਹਾਂ ਨੇ ਖਾਣ ਪੀਣ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਕੋਈ ਵਿਰਲਾ ਜਿਹਨੂੰ ਇਸ ਜੀਵਨ ਦੇ ਅੰਦਰ ਮੇਰੇ ਮਾਲਕ ਤੇਰੇ ਨਾਮ ਸਿਮਰਨ ਦੀ ਗੱਲ ਸਮਝ ਵਿੱਚ ਆਵੇ ਤੇਰੇ ਨਾਮ ਗੁਣਾ ਨਾਲ ਜੁੜਨ ਦੀ ਗੱਲ ਸਮਝ ਵਿੱਚ ਆਏ ਤੇ ਉਹਨਾਂ ਦੇ ਪਾਵਨ ਬਚਨ ਨੇ ਕਹਿਣ ਲੱਗੇ ਵੈਸੇ ਇਸੇ ਤਰ੍ਹਾਂ ਸੰਸਾਰ ਦੀ ਹਵਾ ਉਹ ਮੈਨੂੰ ਇਸ ਸੰਸਾਰ ਦੇ ਵਿੱਚ ਜਗਤ ਦੇ ਅੰਦਰ ਲੈ ਕੇ ਆਈ ਪਰ ਕਹਿੰਦੇ ਜਦੋਂ ਮੈਂ ਜਗਤ ਵਿੱਚ ਆਇਆ ਨਾ ਤੇ ਮੈਨੂੰ ਕੋਈ ਪੁੱਛੇ ਵੀ ਭਾਈ ਤੂੰ ਸੰਸਾਰ ਦੇ ਅੰਦਰ ਜਨਮ ਲੈ ਆਏ ਤੇ ਤੇਰੇ ਜਨਮ ਲੈਣ ਦਾ ਕਾਰਨ ਕੀ प्रयोजन ਕੀ ਇਹ ਮਕੀ ਨਿਸ਼ਾਨਾ ਕੀ ਤੇ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਕਹਿੰਦੇ ਨੇ ਇਸ ਹਵਾ ਇਹ ਮੈਨੂੰ ਸੰਸਾਰ ਵਿੱਚ ਅਸਲ ਵਿੱਚ ਲੈ ਕੇ ਹੀ ਤਾਂ ਆਈਏ ਤਾਂ ਕਿ ਮੈਂ ਪ੍ਰਮਾਤਮਾ ਅਕਾਲ ਪੁਰਖ ਦੇ ਸਿਮਰਨ ਦੇ ਨਾਲ ਜੁੜ ਸਕਾਂ ਉਹਨਾਂ ਦਾ ਮੁਬਾਰਕ ਬਚਨ ਹੈ ਉਹ ਕਹਿੰਦੇ ਹਵਾਏ ਦਰਬੰਦਗੀ ਆਵੁਰਦ ਦਰ ਵਜ਼ੂਦ ਮਰਾ ਕਹਿੰਦੇ ਨੇ ਹਵਾ ਚੱਲੀ ਸੰਸਾਰ ਦੇ ਅੰਦਰ ਉਹ ਹਵਾ ਮੈਨੂੰ ਸੰਸਾਰ ਵਿੱਚ ਲੈ ਕੇ ਆਈ ਤੇ ਕੋਈ ਪੁੱਛੇ ਸੰਸਾਰ ਵਿੱਚ ਆਉਣ ਦਾ ਪ੍ਰਯੋਜਨ ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ ਹਵਾਏ ਬੰਦਗੀ ਇਸ ਕਰਕੇ ਕਿ ਮੈਂ ਪ੍ਰਮਾਤਮਾ ਦੀ ਬੰਦਗੀ ਕਰ ਸਕਾਂ ਮੈਂ ਰੱਬ ਦੀ ਬੰਦਗੀ ਕਰ ਸਕਾਂ ਹਵਾਏ ਬੰਦਗੀ ਆਵੁਰਦ ਦਰ ਵਜ਼ੂਦ ਮਰਾ ਪਰ ਕਹਿੰਦੇ ਨੇ ਵਰਗ ਨਹਿ ਜੋ ਕੇ ਚੂਨੀ ਆਮਦਨ ਨਾਮੂਦ ਮਰਾ ਵਰਨਾ ਸੰਸਾਰ ਵਿੱਚ ਕਿੰਨਿਆਂ ਦਾ ਜਨਮ ਹੁੰਦਾ ਹੈ ਜਨਮ ਭੋਗ ਕੇ ਸੰਸਾਰ ਤੋਂ ਚਲੇ ਗਏ ਪਰ ਉਹਨਾਂ ਨੂੰ ਆਪਣੇ ਜੀਵਨ ਦਾ ਮਕਸਦ ਸਮਝ ਵਿੱਚ ਨਹੀਂ ਆਇਆ ਫਿਰ ਉਹਨਾਂ ਦਾ ਦੂਸਰਾ ਬਚਨ ਕੀ ਹੈ ਸਿਮਰਨ ਕਿਉਂ ਜੁੜਨਾ ਹੈ ਮਾਲਕ ਦੀ ਬੰਦਗੀ ਇਬਾਦਤ ਸਤਿਗੁਰ ਦੇ ਗੁਣਾਂ ਦੇ ਨਾਲ ਦਾਤਾਰ ਪਿਤਾ ਜੀ ਨੇ ਬਚਨ ਬਖਸ਼ਿਸ਼ ਕੀਤਾ ਭਾਈ ਨੰਦ ਲਾਲ ਜੀ ਕਹਿੰਦੇ ਨੇ ਸਤਿਗੁਰ ਕਿਰਪਾ ਕਰੋ ਜੇ ਤਰੁੱਠਿਓ ਨਾ ਇਸ ਦੇਹ ਦੇ ਅੰਦਰ ਜੇ ਤੁਸੀਂ ਮੈਨੂੰ ਕਹੋ ਵੀ ਨੰਦ ਲਾਲ ਤੂੰ ਮੇਰੇ ਕੋਲ ਮੰਗ ਕੁਝ ਮੰਗਣਾ ਚਾਹ내 ਸੰਸਾਰ ਦੀ ਦੌਲਤ ਮੰਗ ਸੰਸਾਰ ਦੇ ਪਦਾਰਥ ਮੰਗ ਸੰਸਾਰ ਦੀਆਂ ਵਸਤੂਆਂ ਮੰਗ ਸੰਸਾਰ ਦੇ ਅੰਦਰ ਦੀ ਵਡਿਆਈ ਸ਼ੋਭਾ ਮੰਗ ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ ਦਾਤਾਰ ਪਿਤਾ ਜੇ ਤਰੁੱਠ ਕੇ ਤੁਸੀਂ ਮੈਨੂੰ ਕਹੋ ਨਾ ਕੁਝ ਮੰਗ ਲੈ ਤੇ ਮੇਰੇ ਮਾਲਕ ਜੀ ਮੇਰੀ ਤੇ ਇੱਕੋ ਹੀ ਮੰਗੇ ਭਾਈ ਨੰਦ ਲਾਲ ਜੀ ਕਿਹੜੀ ਮੰਗ ਪਾਤਸ਼ਾਹ ਜੀ ਸੰਸਾਰ ਦੇ ਅੰਦਰ ਇਹ ਮਨੁੱਖ ਚਾਹੁੰਦਾ ਵੀ ਤੇਰੇ ਦਰ ਤੇ ਆਉਂਦਾ ਹੈ ਤੇ ਆ ਕੇ ਸੰਸਾਰ ਦੇ ਪਦਾਰਥਾਂ ਦੀ ਮੰਗ ਕਰਦਾ ਹੈ ਮੰਗ ਕਰਦਾ ਹੈ ਮੈਨੂੰ ਸੰਸਾਰਿਕ ਵਸਤੂਆਂ ਮਿਲ ਜਾਣ ਮੰਗ ਕਰਦਾ ਮੈਨੂੰ ਸੰਸਾਰ ਦੀ ਮਾਇਆ ਮਿਲ ਜਾਏ ਮੰਗ ਕਰਦਾ ਮੈਨੂੰ ਸੰਸਾਰ ਦੀ ਸ਼ੋਭਾ ਮਿਲ ਜਾਏ ਮੰਗ ਕਰਦਾ ਮੈਨੂੰ ਸੰਸਾਰ ਦਾ ਸੁੱਖ ਮਿਲ ਜਾਏ ਮੰਗ ਕਰਦਾ ਮੈਨੂੰ ਸੰਸਾਰ ਦੀ ਹਰ ਉਹ ਸ਼ੈ ਮਿਲ ਜਾਏ ਜਿਹੜੀ ਸੰਸਾਰ ਅੰਦਰ ਮੇਰਾ ਮਨ ਲੋਚਦਾ ਹੈ ਤੇ ਮੇਰੇ ਮਾਲਕ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਅਨੰਦ ਲਾਲ ਜੇ ਮਾਲਕ ਕਿਰਪਾ ਕਰੇ ਤਰੁੱਠ ਕਿ ਤੈਨੂੰ ਆਖੇ ਤੂੰ ਕੁਝ ਮੰਗ ਤੂੰ ਪਰਮਾਤਮਾ ਕੋਲੋਂ ਕੀ ਮੰਗੇਗਾ ਤੇ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਕਹਿੰਦੇ ਨੇ ਮੇਰੇ ਮਾਲਕ ਜੀ ਦੌਲਤੇ ਜ਼ਵੀਦ ਬਾਸ਼ਦ ਬੰਦਗੀ ਮੇਰੇ ਮਾਲਕ ਜੀ ਮੈਨੂੰ ਕੋਈ ਦੌਲਤ ਦੇਣੀ ਹੈ ਜੇ ਮੈਨੂੰ ਕੋਈ ਖਜ਼ਾਨਾ ਦੇਣਾ ਤੇ ਆਪਣੀ ਬੰਦਗੀ ਦਾ ਖਜ਼ਾਨਾ ਦੇ ਆਪਣੀ ਇਬਾਦਤ ਨਾਮ ਸਿਮਰਨ ਦਾ ਖਜ਼ਾਨਾ ਦੇ ਉਹ ਕਹਿੰਦੇ ਨੇ ਦੌਲਤੇ ਜ਼ਵੀਦ ਬਾਸ਼ਦ ਬੰਦਗੀ ਬੰਦਗੀ ਕੁੰ ਬੰਦਗੀ ਕੁੰ ਬੰਦਗੀ ਸਤਿਗੁਰੂ ਮੈਂ ਤੁਹਾਡੇ ਚਰਨਾਂ ਵਿੱਚੋਂ ਖੈਰ ਮੰਗਦਾ ਤੇ ਬੰਦਗੀ ਦੀ ਮੰਗਦਾ ਜਿਹਨੂੰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਨਾ ਸ਼ੇਖ ਫਰੀਦੈ ਖੈਰ ਦੀਜੈ ਬੰਦਗੀ ਮੇਰੇ ਮਾਲਕ ਮੈਂ ਭਿਖਾਰੀ ਤੇਰੇ ਚਰਨਾਂ ਵਿੱਚੋਂ ਮੰਗਣਾ ਕਿਰਪਾ ਕਰ ਮੇਰੀ ਝੋਲੀ ਵਿੱਚ ਆਪਣੀ ਬੰਦਗੀ ਦੀ ਖੈਰ ਪਾ ਦੇ ਮੇਰੀ ਝੋਲੀ ਵਿੱਚ ਆਪਣੇ ਨਾਮ ਸਿਮਰਨ ਦੀ ਖੈਰ ਪਾ ਦੇ ਮੇਰੀ ਝੋਲੀ ਵਿੱਚ ਆਪਣੇ ਗੁਣਾਂ ਦਾ ਖਜ਼ਾਨਾ ਪਾ ਦੇ ਸੱਚ ਵਿੱਚ ਜਿਸ ਮਨੁੱਖ ਨੂੰ ਇਹ ਗੱਲ ਸਮਝ ਵਿੱਚ ਆ ਜਾਏ ਉਹ ਫਿਰ ਪ੍ਰਮਾਤਮਾ ਦੇ ਨਾਮ ਨਾਲ ਉਹਦੇ ਸਿਮਰਨ ਨਾਲ ਜੁੜਦਾ ਹੈ ਆਪ ਹੁਣੇ ਸਤਿਗੁਰ ਕੀ ਗੋਦ ਵਿੱਚ ਬੈਠ ਕੇ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰ ਰੇਸ਼ੋ ਅਸਲ ਵਿੱਚ ਨਾ ਜੇਕਰ ਮਾਲਕ ਦੇ ਇਹਨਾਂ ਗੁਣਾਂ ਨੂੰ ਸਮਝ ਨਾ ਹੋਵੇ ਵੈਸੇ ਸਾਡੇ ਮਨ ਦੇ ਇਹ ਬੜੇ ਸਵਾਲ ਨੇ ਵੀ ਕਿਉਂ ਪਰਮਾਤਮਾ ਦੇ ਨਾਮ ਸਿਮਰਨ ਨੂੰ ਵਾਰ-ਵਾਰ ਇਹ ਰੈਪੀਟੇਸ਼ਨ ਆਖਰ ਕਿਉਂ ਇਹ ਰੈਪੀਟੇਸ਼ਨ ਕਿਉਂ ਵੀ ਵਾਰ-ਵਾਰ ਰੱਬ ਦੇ ਵਾਹਿਗੁਰੂ ਦੇ ਨਾਮ ਨੂੰ ਵਾਰ-ਵਾਰ ਕਿਉਂ ਜਪਿਆ ਜਾਏ ਵਾਰ-ਵਾਰ ਜਪਣ ਦੇ ਨਾਲ ਕੀ ਹੋ ਜਾਏਗਾ ਅਸਲ ਵਿੱਚ ਗੁਰਮਖੋ ਸੰਸਾਰ ਦੀ ਕੋਈ ਵੀ ਚੀਜ਼ ਹੈ ਇਹ ਸੰਸਾਰ ਦੇ ਅੰਦਰ ਜੇ ਹਰ ਚੀਜ਼ ਦੇ ਅੰਦਰੋਂ ਰੈਪੀਟੇਸ਼ਨ ਨਿਕਲ ਜਾਏ ਜੇ ਹਰ ਚੀਜ਼ ਦੇ ਅੰਦਰੋਂ ਦੁਹਰਾਅ ਨਿਕਲ ਜਾਏ ਤੇ ਸੱਚ ਜਾਣਿਓ ਜਿਸ ਚੀਜ਼ ਦੇ ਅੰਦਰੋਂ ਰੈਪੀਟੇਸ਼ਨ ਨਿਕਲ ਜਾਂਦਾ ਏ ਉਹ ਚੀਜ਼ ਸਮਝ ਲਓ ਖਤਮ ਹੈ ਉਹ ਚੀਜ਼ ਨਾਸ਼ ਹੈ ਉਸ ਚੀਜ਼ ਦਾ ਕੋਈ ਵजूद ਨਹੀਂ ਹਰ ਚੀਜ਼ ਅਸਲ ਵਿੱਚ ਰੈਪੀਟੇਸ਼ਨ ਤੇ ਖੜੀ ਹੈ ਸਿਮਰਨ ਤੇ ਖੜੀ ਹੈ ਵਾਰ-ਵਾਰ ਪਰਮਾਤਮਾ ਰੱਬ ਜੀ ਦੇ ਗੁਣਾਂ ਨਾਲ ਜੁੜਨ ਦਾ ਕਾਰਨ ਹੀ ਅਸਲ ਵਿੱਚ ਇਹ ਹੈ ਕਿ ಪರಿਪੂਰਨ ਪਰਮਾਤਮਾ ਮੈਂ ਤੇਰੇ ਜਿੰਨਾ ਗੁਣਾਂ ਨੂੰ ਚੇਤੇ ਕਰਨਾ ਕਿਰਪਾ ਕਰ ਇਹ ਗੁਣ ਮੇਰੇ ਜੀਵਨ ਦਾ ਆਧਾਰ ਬਣ ਜਾਣ ਮੈਂ ਤੈਨੂੰ ਵਾਹ ਕਹਿਣਾ ਮੇਰੇ ਮਾਲਕ ਜੀ ਮੇਰੇ ਜੀਵਨ ਦਾ ਆਧਾਰ ਬਣ ਜਾਏ ਕਿ ਮੈਂ ਵਾਰ-ਵਾਰ ਤੇਰੇ ਗੁਣਾਂ ਨੂੰ ਚੇਤੇ ਕਰਕੇ ਕਵਾਂ ਵਾਹ ਖਸਮ ਤੂੰ ਵਾਹ ਜਿਨ ਰਚ ਰਚਨਾ ਹਮ ਕੀਏ ਮੇਰੇ ਮਾਲਕ ਜੀ ਤੂੰ ਵਾਹ ਹੈ जिन्ने कृपा ਕਰਕੇ ਸਾਡੇ ਵਰਗਿਆਂ ਨੂੰ ਸੰਸਾਰ ਦੇ ਅੰਦਰ ਨਿਵਾਜੇ ਇਹਨੂੰ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਕਹਿੰਦੇ ਹਨ ਵੀ ਜੇ ਮਾਲਕ ਦੇ ਇਸ ਸਿਮਰਨ ਨੂੰ ਸਮਝ ਨਾ ਹੋਵੇ ਰੱਬ ਦੇ ਇਨਾਂ ਗੁਣਾਂ ਨੂੰ ਸਮਝ ਨਾ ਹੋਵੇ ਤੇ ਗੁਰੂ ਅਰਜੁਨ ਦੇ ਪਾਤਸ਼ਾਹ ਕਹਿੰਦੇ ਨੇ ਇੱਕ ਗੱਲ ਚੇਤੇ ਰੱਖ ਤੂੰ ਆਪਣੇ ਜੀਵਨ ਦੇ ਸਮੁੱਚੇ ਪ੍ਰਕਰਨ ਨੂੰ ਵੇਖ ਉਥੇ ਸੱਭ ਜੀ ਦੇ ਬਚਨਾਂ ਅਪਰੋਜ ਪੜ੍ਹਦੇ ਹੋ ਸੱਭ ਕਹਿੰਦੇ ਨੇ ਕਿਉਂ ਰੱਬ ਦੇ ਗੁਣਾਂ ਨੂੰ ਚੇਤੇ ਕਰਨੇ ਕਿਉਂ ਰੱਬ ਦੇ ਨਾਮ ਨੂੰ ਸਿਮਰਨ ਨੂੰ ਵਾਰ-ਵਾਰ ਆਪਣੇ ਜੀਵਨ ਦਾ ਆਧਾਰ ਬਣਾਣਾ ਹੈ ਭਾਈ ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਕਹਿੰਦੇ ਹਨ ਰਮਈਆ ਕੇ ਗੁਣ ਚੇਤ ਪ੍ਰਾਨੀ हे मनुਖ ਰੱਬ ਦੇ ਗੁਣਾ ਨੂੰ ਚੇਤੇ ਕਰ ਕਿਉਂ ਕਹਿੰਦੇ ਨੇ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਵੇਖ ਤੂੰ ਕੀਸ ਹੈ ਤੇ ਉਸ ਰੱਬ ਨੇ ਤੈਨੂੰ ਸੰਸਾਰ ਵਿੱਚ ਕੀ ਬਣਾ ਦਿੱਤਾ ਹੈ ਕੀ ਥਾਪ ਦਿੱਤਾ ਹੈ ਕਹਿੰਦੇ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਜਿਨੇ ਸਭ ਤੋਂ ਪਹਿਲੋ ਤੈਨੂੰ ਮਾਂ ਦੇ ਉਦਰ ਵਿੱਚ ਸਾਜਿਆ ਜਿਨੇ ਤੈਨੂੰ ਸਾਜਿਆ ਮਾਂ ਦੇ ਉਦਰ ਵਿੱਚ ਦੂਜੀ ਗੱਲ ਸਾਜ ਸਵਾਰਿਆ ਜਿਨੇ ਤੈਨੂੰ ਉਥੇ ਸਵਾਰਿਆ ਹਰ ਇੱਕ ਅੰਗ ਨੂੰ ਤਰਤੀਬ ਦਿੱਤੀ ਏ ਮੇਰੇ ਮਾਲਕ ਜੀ ਕਹਿੰਦੇ ਨੇ ਤੂੰ ਰੱਬ ਦੀ ਵਡਿਆਈ ਉਹਦੇ ਗੁਣਾਂ ਨੂੰ ਚੇਤੇ ਕਰ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਬਿਬਸਥਾ ਤੁਜੇ ਪਿਆਰੇ ਦੁੱਧ ਜਿਦਨ ਬਾਲ ਅਵਸਥਾ ਵਿੱਚ ਹੈ ਉਹ ਦਿਨ ਤੈਨੂੰ ਦੁੱਧ ਦੇ ਕੇ ਨਿਵਾਜੇ ਹੈ ਬਾਹਰ ਵੀ ਬਸਤਾ ਤੁਜੇ ਪਿਆਰੇ ਦੁੱਧ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਖ ਸੈਨ ਮੁਖ ਅਪਿਆਉ ਬੈਠ ਕੋ ਦੈਨ ਪਰ ਸਤਗੁਰ ਕਹਿੰਦੇ ਨੇ ਇਹ ਨਿਰਗੁਣ ਗੁਣ ਕਸ਼ੂ ਨਾ ਬੁਝੇ ਇਹ ਸਵਾਲ ਕਰਦਾ ਵੀ ਕਿਉਂ ਰੱਬ ਨੂੰ ਵਾਰ-ਵਾਰ ਚੇਤੇ ਕਰਾਂ ਰੱਬ ਕੀ ਵਡਿਆਈ ਦਾ ਭੁੱਖਾ ਹੈ ਨਹੀਂ ਗੁਰਮਖੋ ਰੱਬ ਨੂੰ ਚੇਤੇ ਇਸ ਕਰਕੇ ਨਹੀਂ ਕਰਨਾ ਕਿ ਰੱਬ ਵਡਿਆਈ ਦਾ ਭੁੱਖਾ ਹੈ ਰੱਬ ਦੇ ਗੁਣ ਗਾਵਾਂਗੇ ਤੇ ਰੱਬ ਵਡਿਆਈ ਸਾਡੀ ਆਪਣੀ ਸ਼ੋਭਾ ਸਾਡੀ মুখ ਤੋਂ ਸੁਣ ਕੇ ਸ਼ਾਇਦ ਸਾਨੂੰ ਸੰਸਾਰ ਦੇ ਪਦਾਰਥ ਦੇ ਕਿਨਵਾਜ ਦੇ ਅਸਲ ਵਿੱਚ ਰੱਬ ਨੂੰ ਚੇਤੇ ਤਾਂ ਕਰਨਾ ਹੈ ਤਾਂ ਕਿ ਜਿਹੜੇ ਰੱਬ ਦੇ ਅੰਦਰ ਗੁਣ ਨੇ ਉਹ ਕਿਤੇ ਗੁਣ ਮੇਰੇ ਹਿਰਦੇ ਵਿੱਚ ਟਿਕ ਜਾਣ ਜਿਹੜੇ ਰੱਬ ਅੰਦਰ ਗੁਣ ਨੇ ਉਹ ਗੁਣ ਮੇਰੇ ਮਨ ਵਿੱਚ ਟਿਕ ਜਾਣ ਵੇਖੋ ਸੰਸਾਰ ਅੰਦਰ ਮੈਂ ਇੱਕ ਛੋਟੀ ਜੀ ਉਦਾਹਰਣ ਆਪ ਜੀ ਦੇ ਚਰਨਾਂ ਵਿੱਚ ਰੱਖ ਦਿਆਂ ਗੱਲ ਸਮਝ ਵਿੱਚ ਪਗੜ ਵਿੱਚ ਆਏ ਬੱਚਾ ਆਪਣੇ ਜੀਵਨ ਵਿੱਚ ਕੁਝ ਨਿਸ਼ਾਨਾ ਮਿੱਥਦਾ ਹੈ ਉਹ ਕਹਿੰਦਾ ਮੈਂ ਪੜ੍ਹਾਈ ਕਰਨੀ ਹੈ ਚੰਗੀ ਪੜ੍ਹਾਈ ਕਰਕੇ ਮੈਂ ਆਹ ਆਪਣੇ ਜੀਵਨ ਮੁਕਾਮ ਵਿੱਚ ਬਣਨਾ ਹੈ ਪਰ ਧਿਆਨ ਦੇਣਾ ਉਸ ਚੀਜ਼ ਨੂੰ ਧਾਰਨ ਕਰਨ ਦੇ ਲਈ ਉਸ ਮੁਕਾਮ ਤੱਕ ਪਹੁੰਚਣ ਦੇ ਲਈ ਉਹਨੂੰ ਆਪਣੇ ਜੀਵਨ ਵਿੱਚ ਹਰ ਇੱਕ ਕਦਮ ਸੰਸਾਰ ਦੇ ਅੰਦਰ ਹਰ ਸਟੈਪ ਉਹਨੂੰ ਆਪਣੇ ਜੀਵਨ ਵਿੱਚ ਚੁੱਕਣਾ ਪੈਂਦਾ ਹੈ ਜਿਹੜਾ ਸਟੈਪ ਉਸ ਵਡਿਆਈ ਉਸ ਸ਼ੋਭਾ ਉਸ ਏਮ ਉਸ ਨਿਸ਼ਾਨੇ ਵੱਲ ਉਹਨੂੰ ਲੈ ਕੇ ਜਾਂਦਾ ਹੈ ਧਿਆਨ ਦੇਣਾ ਕਦੀ ਐਸ਼ਾ ਨਹੀਂ ਹੁੰਦਾ ਬੱਚੇ ਨੇ ਆਪਣੇ ਮਨ ਵਿੱਚ ਸੋਚਿਆ ਹੋਵੇ ਵੀ ਮੈਂ ਡਾਕਟਰ ਬਣਾਂ ਡਾਕਟਰ ਬਣਨਾ ਸੋਚ ਲਿਆ ਤੇ ਉਹ ਬਣ ਗਿਆ ਨਹੀਂ ਉਹਦੇ ਲਈ ਜ਼ਰੂਰੀ ਹੈ ਉਹਨੂੰ ਸੰਸਾਰ ਦੇ ਪ੍ਰਕਰਨ ਵਿੱਚੋਂ ਲੰਘਣਾ ਪੈਂਦਾ ਹੈ ਉਹਨੂੰ ਆਪਣੇ ਜੀਵਨ ਵਿੱਚ ਉਹ ਐਜੂਕੇਸ਼ਨ ਉਹ ਗੁਣ ਧਾਰਨ ਕਰਨੇ ਪੈਂਦੇ ਨੇ ਜਿਨ੍ਹਾਂ ਗੁਣਾ ਦੇ ਕਰਕੇ ਉਹਨੂੰ ਸੰਸਾਰ ਦੀ ਇਹ ਡਿਗਰੀ ਮਿਲਣੀ ਹੈ ਮੇਰੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਰੱਬ ਦੇ ਗੁਣ ਤੂੰ ਤਾਂ ਚੇਤੇ ਕਰਨੇ ਨੇ ਤਾਂ ਕਿ ਰੱਬ ਦੇ ਗੁਣਾ ਨਾਲ ਜੁੜ ਕੇ ਪਰਿਪੂਰਨ ਪ੍ਰਮਾਤਮਾ ਦੇ ਚਰਨਾਂ ਵਿੱਚੋਂ ਤੈਨੂੰ ਵਡਿਆਈ ਸ਼ੋਭਾ ਮਿਲ ਸਕੇ ਤੈਨੂੰ ਇਹ ਡਿਗਰੀ ਹਾਸਲ ਹੋ ਸਕੇ ਵੀ ਸੱਚ ਵਿੱਚ ਤੂੰ ਪ੍ਰਮਾਤਮਾ ਦੇ ਗੁਣਾ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈ ਸਤਿਗੁਰ ਕਹਿੰਦੇ ਨੇ ਸਿਰਫ ਆਪਣੇ ਮਨ ਵਿੱਚ ਸੋਚਣ ਦੇ ਨਾਲ ਮੁਕਾਮ ਹਾਸਲ ਨਹੀਂ ਹੁੰਦਾ ਉਹਨੂੰ ਉਹ ਗੁਣ ਜੀਵਨ ਵਿੱਚ ਧਾਰਨ ਕਰਨੇ ਪੈਂਦੇ ਨੇ ਮੈਂ ਆਖਾਂ ਮੈਂ ਰੱਬ ਨਾਲ ਜੁੜਨਾ ਹੈ ਮੈਂ ਆਖਾਂ ਮੈਨੂੰ ਮਾਲਕ ਕੋਲੋਂ ਵਡਿਆਈ ਮਿਲੇ ਮੈਂ ਆਖਾਂ ਮੈਨੂੰ ਰੱਬ ਕੋਲੋਂ ਸ਼ੋਭਾ ਮਿਲੇ ਦਾਤਾਰ ਪਿਤਾ ਕਹਿੰਦੇ ਨੇ ਇਹਦੇ ਲਈ ਜ਼ਰੂਰੀ ਹੈ ਪਰਿਪੂਰਨ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈ ਉਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਚੇਤੇ ਕਰ ਔਰ ਜਦੋਂ ਤੂੰ ਚੇਤੇ ਕਰੇਂਗਾ ਹਾਲਾਕੀ ਮਨੁੱਖ ਸਿਆਨਪ ਵਿੱਚ ਵੱਜ ਕੇ ਕਹਿੰਦਾ ਜੀ ਵਾਰ-ਵਾਰ ਕਿਉਂ ਧਿਆਨ ਦੇਣਾ ਸੀ ਸਾਹ ਲੈ ਰਿਆ ਕੋਈ ਮਨੁੱਖ ਆਖੇ ਜੀ ਨਹੀਂ ਸਵੇਰੇ ਤੋਂ ਸ਼ਾਮ ਤੱਕ 24 ਘੰਟਿਆਂ ਵਿੱਚ ਮਨੁੱਖ ਕਿੰਨੀ ਵਾਰੀ ਸਾਹ ਲੈਂਦਾ ਹੈ ਜੀ ਤੇ ਜੇ ਕੋਈ ਆਖੇ ਜੀ ਵਾਰ-ਵਾਰ ਸਾਹ ਕਿਉਂ ਲੈ ਰਿਆ ਹੈ ਤੂੰ ਇੱਕੋ ਵਾਰੀ ਘੰਟਾ ਬਹਿ ਕੇ ਸਾਹ ਲੈ ਲੈ ਉਸ ਤੋਂ ਬਾਅਦ 23 ਘੰਟੇ ਬਿਨਾ ਸਾਹ ਤੋਂ गुजार ਦੇ ਤੇ ਸਿਆਣਾ ਮਨੁੱਖ ਆਖੇਗਾ ਜੀ ਇਹ ਕਿਵੇਂ ਹੋ ਸਕਦਾ ਹੈ ਜੀ ਸਾਹ ਲੈਣਾ ਜ਼ਰੂਰੀ ਹੈ ਜੇ ਸਾਹ ਨਾ ਲਵਾਂਗਾ ਤੇ ਮੇਰੀ ਮੌਤ ਹੋ ਜਾਏਗੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਏ ਭਲਿਆ ਜਿਵੇਂ ਤੂੰ ਇਹ ਕਹਿੰਨੇ ਵੀ ਸਾਹ ਲੈਣਾ ਜ਼ਰੂਰੀ ਹੈ ਸਾਹ ਨਾ ਲਵਾਂਗਾ ਤੇ ਮੇਰੀ ਮੌਤ ਹੋ ਜਾਏਗੀ ਜਿਹੜਾ ਰੱਬ ਦੇ ਪਿਆਰ ਵਿੱਚ ਵੱਜਾਉ ਕਹਿੰਦਾ ਮੈਂ ਮਾਲਕ ਦੇ ਗੁਣਾਂ ਨਾਲ ਜੁੜਨਾ ਜ਼ਰੂਰੀ ਏ ਰੱਬ ਦਾ ਸਿਮਰਨ ਵਾਹਿਗੁਰੂ ਦਾ ਨਾਮ ਜਪਣਾ ਜ਼ਰੂਰੀ ਏ ਜੇ ਮੈਂ ਰੱਬ ਦਾ ਨਾਮ ਨਹੀਂ ਜਪਦਾ ਤੇ ਮੇਰੀ ਆਤਮਿਕ ਮੌਤ ਹੋ ਜਾਂਦੀ ਏ ਫਰਕ ਸਿਰਫ ਇਨਾ ਕੋਏ ਇੱਕ ਪਾਸੇ ਸਾਹ ਲੈਣਾ ਕੋਈ ਛੱਡ ਦੇ ਆਖਰ ਹੈ ਤੇ ਰੈਪਿਟੇਸ਼ਨ ਹੀ ਨਾ ਵੇਖੋ ਸਾਡੇ ਸਰੀਰ ਵਿੱਚ ਕਿਡਨੀਆਂ ਨੇ ਤੇ ਸਿਆਣੇ ਕਹਿੰਦੇ ਨੇ ਵੀ ਇੱਕ ਸਾਲ ਦੇ ਅੰਦਰ ਤਕਰੀਬਨ 60 ਲੱਖ ਗੈਲਨ ਇਹਨਾਂ ਨੂੰ ਮੈਂ ਲਿਮਿਟ ਲੀਟਰ ਨਹੀਂ ਕਿਹਾ ਕਿਲੋ ਨਹੀਂ ਕਿਹਾ ਉਹ ਕਿਤੇ ਆ ਸੰਸਾਰ ਦੇ ਸਿਆਣੇ ਮਨੁੱਖ ਕਹਿੰਦੇ ਨੇ ਤਕਰੀਬਨ 60 6 ਲੱਖ ਗੈਲਨ ਇਹਨਾਂ ਖੂਨ ਸਾੜੀਆਂ ਕਿਡਨੀਆਂ ਰ ਸਾਫ਼ ਕਰਦੀਆਂ ਨੇ ਧਿਆਨ ਦੇਣਾ ਜਿੰਦੀ ਕਿਡਨੀ ਖਰਾਬ ਹੋ ਜਾਏ ਆਖਰ ਹੈ ਤੇ ਪ੍ਰਕਰਨ ਉਹ ਪ੍ਰਕਰਨ ਆਪਣੇ ਆਪ ਵਿੱਚ ਚੱਲ ਰਿਹਾ ਹੈ ਤੇ ਜਿਦਨ ਕਿਸੇ ਮਨੁੱਖ ਦੀ ਕਿਡਨੀ ਖਰਾਬ ਹੋ ਜਾਏ ਉਹ ਫਿਰ ਮਸ਼ੀਨਾ ਰਾਹੀਂ ਉਹਦੇ ਖੂਨ ਨੂੰ ਸਾਫ਼ ਕੀਤਾ ਜਾਂਦਾ ਹੈ ਉਹਨੂੰ ਆਖਿਆ ਜਾਏ ਭਾਈ ਅੱਜ ਤੇਰੀ ਕਿਡਨੀ ਖਰਾਬ ਹੋ ਗਈ ਏ ਮਸ਼ੀਨ ਨਾਲ ਖੂਨ ਸਾਫ਼ ਕਰਨ ਦੀ ਕੀ ਜ਼ਰੂਰਤ ਹੈ ਤੇ ਆਖਰੇ ਵੀ ਰੈਪੀਟੇਸ਼ਨ ਹੀ ਨਾ ਹੈ ਤੇ ਇਹ ਵੀ ਦੁਹਰਾਈ ਹੈ ਨਾ ਵਾਰ-ਵਾਰ ਦਾਤਾਰ ਪਿਤਾ ਕਹਿੰਦੇ ਨੇ ਦੁਹਰਾ ਹੈ ਜਿੰਨੀ ਦੇਰ ਤੱਕ ਅੰਦਰ ਚੱਲਦਾ ਓਨੀ ਦੇਰ ਤੱਕ ਜੀਵਨ ਹੈ ਜਿਦਨ ਇਹ ਰੁਕ ਗਈਆਂ ਖਰਾਬ ਹੋ ਗਈਆਂ ਸੱਚ ਜਾਣਿਓ ਉਹ ਦਿਨ ਸੰਸਾਰ ਦੇ ਅੰਦਰ ਬੰਦਾ ਧਨ ਪੈਸੇ ਖਰਚ ਕੇ ਤੇ ਮਸ਼ੀਨਾਂ ਨਾਲ ਆਪਣੇ ਖੂਨ ਨੂੰ ਸਾਫ਼ ਕਰਵਾਉਂਦਾ ਦਾਤਾਰ ਪਿਤਾ ਕਹਿੰਦੇ ਨੇ ਬਸ ਇਸੇ ਤਰ੍ਹਾਂ ਪਰਿਪੂਰਨ ਪਰਮਾਤਮਾ ਦੇ ਗੁਣ ਨੇ ਰੱਬ ਦੇ ਗੁਣਾ ਦੇ ਨਾਲ ਜੁੜੇਗਾ ਤੇਰੇ ਅੰਦਰ ਦੇ ਅਵਗਣ ਜਿਹੜੇ ਨੇ ਮੰਦੇ ਕਰਮ ਜਿਹੜੇ ਨੇ ਉਹ ਤੇਰੇ ਜੀਵਨ ਵਿੱਚੋਂ ਦੂਰ ਹੋ ਜਾਣਗੇ ਤੇਰੇ ਅੰਦਰ ਗੁਣਾਂ ਦਾ ਵਿਕਾਸ ਹੋਏਗਾ ਤੇ ਜੇ ਰੱਬ ਦੇ ਪ੍ਰਮਾਤਮਾ ਦੇ ਸਿਮਰਨ ਨਾਲੋਂ ਟੁੱਟ ਗਏ ਦਾਤਾਰ ਪਿਤਾ ਕੰਨ ਨੇ ਗੱਲ ਚੇਤੇ ਰੱਖੀ ਫਿਰ ਅਵਗਣਾਂ ਦਾ ਅੰਦਰ ਵਾਸ ਹੋਏਗਾ ਤੇ ਰੱਬ ਦੇ ਗੁਨਾ ਨਾਲੋਂ ਟੁੱਟ ਕੇ ਸਦਾ ਦੁਖੀ ਹੋਏਗਾ ਇੰਨੀ ਕੁ ਵਿਚਾਰ ਕਿਤੇ ਸਾਡੇ ਜੀਵਨ ਵਿੱਚ ਸਾਡੇ ਮਨ ਅੰਦਰ ਟਿਕ ਜਾਏ ਇਸੇ ਕਰਕੇ ਦਾਤਾਰ ਪਿਤਾ ਜੀ ਵਾਰ-ਵਾਰ ਬਾਣੀ ਵਿੱਚ ਕਹਿੰਦੇ ਨੇ ਉਦਮ ਕਰੇਂਦਿਆਂ ਜਿਉ ਤੂੰ ਕਮਾਵਂਦਿਆਂ ਸੁਖ ਪਹੁੰਚ ਧਿਆਇਂਦਿਆਂ ਤੂੰ ਪ੍ਰਭੂ ਮਿਲ ਹਾਂ ਸਾਬ ਨੇ ਕਿਤੇ ਇਹ ਨਹੀਂ ਆਖਿਆ ਵੀ ਤੂੰ ਘਰ-ਬਾਰ ਸਾਰੇ ਕੰਮ ਛੱਡ ਕੇ ਤੇ ਬੈ ਹੱਥ ਵਿੱਚ ਮਾਲਾ ਫੜ ਕੇ ਤੇ ਵੀ ਇਹੀ ਤੇਰਾ ਸਿਮਰਨ ਹੈ ਤੂੰ ਰੱਬ ਦੀ ਬੰਦਗੀ ਕਰ ਸਾਰਾ ਕੁਝ ਛੱਡ ਦੇ ਦਾਤਾਰ ਪਿਤਾ ਕਹਿੰਦੇ ਨੇ ਨਾ ਜੀ ਉਹ ਮੈਨੂੰ ਮਨੁੱਖ ਕਦੇ ਵੀ ਪਰਵਾਹ ਨਹੀਂ ਜਿਹੜਾ ਸਭ ਕੁਝ ਛੱਡ ਕੇ ਆਖੇ ਜੀ ਨਹੀਂ ਹੁਣ ਮੈਂ ਸਿਰਫ ਰੱਬ ਦਾ ਨਾਮ ਸਿਮਰਨ ਹੈ ਰੱਬ ਦਾ ਨਾਮ ਚੇਤੇ ਕਰਨਾ ਦਾਤਾਰ ਪਿਤਾ ਕਹਿੰਦੇ ਨੇ ਤੂੰ ਉਦਮ ਕਰ ਤੂੰ ਸਵੇਰੇ ਉੱਠ ਪਰੀਪੂਰਨ ਪ੍ਰਮਾਤਮਾ ਦੇ ਚਰਨਾਂ ਵਿੱਚ ਉਹਦੀ ਇਬਾਦਤ ਉਹਦੇ ਗੁਨਾ ਨੂੰ ਚੇਤੇ ਕਰ ਸਾਰਾ ਦਿਨ ਸੰਸਾਰ ਦੀ ਕਮਾਈ ਕਰ ਕਮਾਵੰਦਿਆਂ ਸੁੱਖ ਪਹੁੰਚ ਪਰ ਇੱਕ ਗੱਲ ਚੇਤੇ ਰੱਖੀ ਉਦਮ ਕਰੇ ਕਮਾਏ ਇਨਾਂ ਦੇ ਨਾਲ ਨਾਲ ਇੱਕ ਗੱਲ ਚੇਤੇ ਰੱਖੀ ਧਿਆਹੇਂਦਿਆਂ ਤੂੰ ਪ੍ਰਭੂ ਮਿਲ ਆਪਣੇ ਅੰਦਰੋਂ ਨਾਮ ਸਿਮਰਨ ਪਰਮਾਤਮਾ ਦੀ ਯਾਦ ਨੂੰ ਕਦੇ ਨਾ ਭੁਲਾਈ ਉਹਦੇ ਗੁਣਾ ਨਾਲ ਜ਼ਰੂਰ ਜੁੜਿਆ ਰਹੀਂ ਇਸੇ ਕਰਕੇ ਤੇ ਬਾਬਾ ਨਾਨਕ ਜੀ ਨੇ ਜਦੋਂ ਆਪ ਸ਼੍ਰੀ ਰਾਗ ਦੀ ਬਾਣੀ ਪੜ੍ਹਦੇ ਹੋ ਪਹਿਲਾ ਰਾਗ ਹੀ ਸ਼੍ਰੀ ਰਾਗ ਦਾ ਪਹਿਲਾ ਸ਼ਬਦ ਧੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਮਾਲਕ ਤੂੰ ਕਿਰਪਾ ਕਰੇ ਤੇਰੇ ਸਿੱਖ ਦੇ ਘਰ ਦੇ ਅੰਦਰ ਮੋਤੀ ਲੱਗੇ ਹੋਣ ਤੇਰੇ ਸਿੱਖ ਦਾ ਘਰ ਮੇਰੇ ਮਾਲਕ ਜੀ ਉਸ ਘਰ ਦੀਆਂ ਦੀਵਾਰਾਂ ਸੋਨੇ ਦੀਆਂ ਬਣੀਆਂ ਹੋਣ ਉਹਨਾਂ ਦੀਵਾਰਾਂ ਤੇ ਹੀਰੇ ਤੇ ਮੋਤੀ ਜੜੇ ਹੋਣ ਸਤਿਗੁਰੂ ਉਸ ਘਰ ਦੇ ਅੰਦਰ ਜਿਹੜੀ ਮੀਨਾਕਾਰੀ ਹੋਵੇ ਲੱਕੜ ਲੱਗੀ ਹੋਵੇ ਉਹ ਲੱਕੜ ਵੀ ਮੇਰੇ ਮਾਲਕ ਜੀ ਚੰਦਨ ਦੀ ਜਿੰਦੇ ਅੰਦਰੋਂ ਸੁਗੰਧ ਆਵੇ ਦਾਤਾਰ ਪਿਤਾ ਕਹਿੰਦੇ ਨੇ ਇਹਨਾਂ ਕੁਝ ਦੇਈ ਪਰ ਮੇਰੇ ਮਾਲਕ ਇੱਕ ਕਿਰਪਾ ਕਰੀ ਇਹਨਾਂ ਕੁਝ ਮਿਲਣ ਤੋਂ ਬਾਅਦ ਵੀ ਐਸੀ ਰਹਿਮਤ ਕਰੀ ਮੈਂ ਇਹਨਾਂ ਕੁਝ ਵੇਖ ਕੇ ਤੇਰੇ ਗੁਨਾ ਨੂੰ ਕਦੇ ਭੁੱਲ ਨਾ ਜਾਵਾਂ ਮੇਰੇ ਸਤਿਗੁਰ ਦਾ ਬਚਨ ਆ ਪੜ੍ਹਦੇ ਹੋ ਸਾਹਿਬ ਕਹਿੰਦੇ ਨੇ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਉ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਉ ਮਤ ਦੇਖ ਭੁੱਲਾ ਵਿਸਰੇ ਤੇਰਾ ਚੀਤ ਨਾ ਆਵੇ ਨਾਉ ਕਿਤੇ ਮੈਂ ਆਖਾਂ ਜਿੰਨੀ ਹੁਣ ਨਾਮ ਦੀ ਜ਼ਰੂਰਤ ਕੋਈ ਨਹੀਂ ਸਾਰਾ ਕੁਝ ਮਿਲ ਗਏ ਧਿਆਨ ਦੇਣਾ ਜਿਨ੍ਹਾਂ ਨੂੰ ਸਾਰਾ ਕੁਝ ਮਿਲਿਆ ਉਹਨਾਂ ਦੇ ਜੀਵਨ ਵਿੱਚੋਂ ਰੱਬ ਦੇ ਗੁਣ ਵਿਸਰੇ ਤੇ ਉਹਨਾਂ ਦਾ ਜੀਵਨ ਸੰਸਾਰ ਦੇ ਅੰਦਰ ਨਰਕ ਬਣ ਗਿਆ ਤੁਸੀਂ ਉਦਾਹਰਨਾ ਕਿਤੇ ਬਾਹਰ ਨਹੀਂ ਆਪਣੇ ਜੀਵਨ ਵਿੱਚ ਵੇਖ ਸਕਦੇ ਹੋ ਖਿਆਲ ਕਰਿਓ ਮੇਰੇ ਮਾਲਕ ਨੇ ਬਾਣੀ ਦੇ ਅੰਦਰ ਇਸੇ ਕਰਕੇ ਬਚਨ ਬਖਸ਼ਿਸ਼ ਕੀਤੇ ਨੇ ਦਾਤਾਰ ਪਿਤਾ ਕਹਿੰਦੇ ਨੇ ਤੂੰ ਰੱਬ ਦੇ ਪ੍ਰਮਾਤਮਾ ਦੇ ਗੁਣਾ ਨਾਲ ਜੁੜ ਵੇਖੋ ਦੂਜੀ ਗੱਲ ਜਦੋਂ ਅਸੀਂ ਸਿਮਰਨ ਦੀ ਗੱਲ ਕਰਨੇ ਆ ਮੈਂ ਜਿਸ ਮੰਤਬ ਨੂੰ ਆਪ ਜੀ ਦੇ ਸਾਹਮਣੇ ਖਾਸ ਕਰਕੇ ਕਿਉਂਕਿ ਬੜੇ ਇਹੋ ਜਿਹੇ ਸਵਾਲ ਸਾਡੇ ਮਨ ਵਿੱਚ ਪੈਦਾ ਹੁੰਦੇ ਨੇ ਖਾਸ ਕਰਕੇ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਨਾ ਵੈਸੇ ਤੇ ਬਾਣੀ ਜਿੰਨੀ ਆਪ ਪੜਦੇ ਹੋ ਉਹਨੂੰ ਵਿਚਾਰ ਕੇ ਪੜੋ ਸਤਿਗੁਰ ਦੇ ਅੰਮ੍ਰਿਤ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਇੰਪਲੀਮੈਂਟ ਕਰੋ ਕਿਉਂਕਿ ਸਮੁੱਚੀ ਬਾਣੀ ਇੰਪਲੀਮੈਂਟ ਤੇ ਖੜੀ ਏ ਜਿੰਨੀ ਬਾਣੀ ਆਪ ਨੇ ਜੀਵਨ ਤੇ ਲਾਗੂ ਕਰੋਗੇ ਨਾ ਸੱਚ ਵਿੱਚ ਉਹਨੇ ਸਤਿਗੁਰ ਦੇ ਅੰਮ੍ਰਿਤ ਬਚਨਾਂ ਦੀ ਤੁਹਾਨੂੰ ਪ੍ਰਤੀਤ ਦੇ ਭਰੋਸਾ ਬਣੇਗਾ ਉਹਨਾਂ ਕੋ ਤੁਹਾਨੂੰ ਜੀਵਨ ਜਿਉਣ ਦਾ ਆਨੰਦ ਆਏਗਾ ਹਾਂ ਜਿੱਥੋਂ ਤੱਕ ਪ੍ਰਮਾਤਮਾ ਦੇ ਨਾਮ ਸਿਮਰਨ ਦੀ ਗੱਲ ਹੈ ਸਿਮਰਨ ਕਈ ਵਾਰੀ ਅਸੀਂ ਕਹਿੰਦੇ ਹਾਂ ਜੀ ਪ੍ਰੋਪਰ ਇੱਕ ਸ਼ਬਦ ਨਹੀਂ ਕਿਉਂ ਜਿਵੇਂ ਮੰਨ ਲਓ ਤੁਸੀਂ ਉਹਨੇ ਕਹਿ ਰਹੇ ਸੋ ਮਾਲਕ ਦੇ ਚਰਨਾਂ ਵਿੱਚ ਬਹਿ ਕੇ ਵਾਹਿਗੁਰੂ ਗੁਰਮੰਤਰ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਵੀ ਮਬਾਰਕ ਬਚਨ ਵਾਹਿਗੁਰੂ ਦਾ ਸਿਮਰਨ ਕਰ ਰਹੇ ਹੋ ਪ੍ਰਮਾਤਮਾ ਦੀ ਯਾਦ ਵਿੱਚ ਜੁੜ ਰਹੇ ਹੋ ਇਸ ਸਿਮਰਨ ਇਸ ਕਰਕੇ ਹੈ ਤਾਂ ਕਿ ਆਸੀਂ ਆਪਣੇ ਅੰਦਰ ਦੇ ਜਿੰਨੇ ਵੀ ਸਾਡੇ ਮਨ ਦੇ ਅੰਦਰ ਦੀਆਂ ਵਿਚਾਰਾਂ ਨੇ ਵੇਖੋ ਦੋ ਥਿੰਕਿੰਗ ਨੇ ਜਿਹੜੀਆਂ ਸਾਡੇ ਮਨ ਅੰਦਰ ਹਰ ਵੇਲੇ ਚੱਲਦੀਆਂ ਨੇ ਇੱਕ ਨੈਗੇਟਿਵ ਹੈ ਦੂਜੀ ਪੋਜ਼ਿਟਿਵ ਹੈ ਇਹਨੂੰ ਕਹਿ ਲਓ ਇੱਕ ਨਕਾਰਾਤਮਕ ਹੈ ਦੂਜੀ ਸਕਾਰਾਤਮਕ ਹੈ ਇਹ ਹਰ ਵੇਲੇ ਸਾਡੇ ਅੰਦਰ ਚੱਲ ਰਹੀਆਂ ਨੇ ਬੰਦਾ ਕਦੇ ਮਿੰਟ ਵਿੱਚ ਨਕਾਰਾਤਮਕ ਕਦੇ ਨੈਗੇਟਿਵ ਹੋ ਜਾਂਦਾ ਹੈ ਕਦੇ ਮਿੰਟ ਵਿੱਚ ਪੋਜ਼ਿਟਿਵ ਹੋ ਜਾਂਦਾ ਹੈ ਵੇਖੋ ਸੰਸਾਰ ਅੰਦਰ ਕਿਸੇ ਇਨਸਾਨ ਦੀ ਕੋਈ ਕਾਰਜ ਹੋਵੇ ਕਰੋ ਟੁਰਿਆ ਉਹ ਕਾਰਜ ਨੂੰ ਕਰਨ ਦੇ ਲਈ ਉਹਨੇ ਗੁਰੂ ਚਰਨਾ ਵਿੱਚ ਅਰਦਾਸ ਕੀਤੀ ਅਰਦਾਸ ਕੀਤੀ ਤੇ ਉਹਦੇ ਮਨ ਵਿੱਚ ਭਰੋਸਾ ਵੱਜ ਗਿਆ ਵੀ ਮੇਰੇ ਮਾਲਕ ਮੈਂ ਤੇਰੇ ਚਰਨਾ ਵਿੱਚ ਅਰਦਾਸ ਕਰ ਦਿੱਤੀ ਹੁਣ ਤੂੰ ਕਿਰਪਾ ਕਰ ਇਸ ਕੰਮ ਨੂੰ ਤੂੰ ਕਰਨਾ ਹੈ ਤੂੰ ਆਪੰਗ ਸੰਗੋਂ ਨਹੀਂ ਮੈਂ ਬੜੇ ਭਰੋਸੇ ਵਿੱਚ ਅਰਦਾਸ ਕਰਕੇ ਤੇ ਟੁਰਿਆ ਕਿਉਂਕਿ ਗੁਰੂ ਚਰਨਾ ਵਿੱਚ ਖੜਾ ਸਾਂ ਇਸ ਕਰਕੇ ਮੇਰੇ ਅੰਦਰ ਪੋਜ਼ਿਟਿਵ ਸੀ ਮੇਰਾ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਸੀ ਜਿਵੇਂ ਮੈਂ ਬਾਹਰ ਨਿਕਲਿਆ ਮੈਂ ਕਿਸੇ ਦੂਜੇ ਮਨੁੱਖ ਦੇ ਕੋਲੋਂ ਸੁਣਿਆ ਵੀ ਨਹੀਂ ਅੱਜ ਨਹੀਂ ਕੰਮ ਹੋ ਸਕਦਾ ਅੱਜ ਤੇ ਇਹ ਅੜਚਣ ਆ ਜਾਏਗੀ ਅੱਜ ਇਹ ਦਿੱਕਤ ਹੋਣ ਲੱਗ ਪਈ ਅੱਜ ਇਹ ਪ੍ਰੋਬਲਮ ਆਨ ਲੱਗ ਪਈਏ ਮੇਰੇ ਮਨ ਅੰਦਰ ਇੱਕਦਮ 네ਗੇਟਿਵ ਥਿੰਕਿੰਗ ਆ ਗਈ ਵੀ ਮਨਾ ਹੁਣ ਕੀ ਕਰੇਗਾ ਹੁਣ ਤੂੰ ਕੀ ਕਰੇਗਾ ਤੇਰਾ ਕੰਮ ਜੀ ਅੱਜ ਨਾ ਬਣਿਆ ਤੇ ਫਿਰ ਪਹਿਲਾਂ ਘੜੀ ਪਹਿਲਾਂ ਗੁਰੂ ਚਰਨਾਂ ਵਿੱਚ ਬਿਲਕੁਲ ਭਰੋਸੇ ਵਿੱਚ ਟਿਕਿਆ ਸੀ ਇੱਕ ਘੜੀ ਬਾ ਦੇ ਅੰਦਰ 네ਗੇਟਿਵ ਥਿੰਕਿੰਗ ਆ ਗਈ ਵੀ ਨਹੀਂ ਹੁਣ ਕੀ ਕਰਾਂਗਾ ਜੇ ਨਾ ਕੰਮ ਹੋਇਆ ਤੇ ਕਿਉਂ ਅਸਲ ਵਿੱਚ ਆ ਜਿਹੜੀਆਂ ਸਾਡੀਆਂ ਦੋ ਅੰਦਰ ਚੀਜ਼ਾਂ ਨੇ ਨਕਾਰਾਤਮਕ ਤੇ ਸਕਾਰਾਤਮਕ ਅਸੀਂ ਵਾਹਿਗੁਰੂ ਦਾ ਸਿਮਰਨ ਇਸ ਕਰਕੇ ਕਰਨਾ ਹੈ ਤਾਂ ਕਿ ਸਾਡੇ ਅੰਦਰ ਦੀਆਂ ਆ ਦੋਵੇਂ ਚੀਜ਼ਾਂ ਇਹ ਦੋਵੇਂ ਨਕਾਰਾਤਮਕ ਤੇ ਸਕਾਰਾਤਮਕ ਇਹ ਦੋਵੇਂ ਗੁਰੂ ਦੇ ਭਰੋਸੇ ਵਿੱਚ ਟਿਕ ਕੇ ਇਹ ਦੋਵੇਂ ਪੋਜ਼ਿਟਿਵ ਥਿੰਕ ਵਿੱਚ ਬਦਲ ਜਾਣ ਇਨ ਸਕਾਰਾਤਮਕ ਰੂਪ ਵਿੱਚ ਬਦਲ ਜਾਣ ਇਹ ਅੰਦਰੋਂ ਜਿਹੜੀ ਨੈਗੇਟਿਵ ਥਿੰਕਿੰਗ ਹੈ ਬਿਲਕੁਲ ਖਤਮ ਹੋ ਜਾਏ ਇਸ ਕਰਕੇ ਮੈਂ ਪ੍ਰਭੂ ਦਾ ਸਿਮਰਨ ਪਰਮਾਤਮਾ ਦੀ ਇਬਾਦਤ ਰੱਬ ਦੇ ਗੁਣ ਗਾਣੇ ਨੇ ਮੈਂ ਇਸ ਕਰਕੇ ਵਾਹਿਗੁਰੂ ਨਾਲ ਜੁੜਨਾ ਹੈ ਮੈਂ ਇਸ ਕਰਕੇ ਵਾਹਿਗੁਰੂ ਨੂੰ ਵਾਰ-ਵਾਰ ਚੇਤੇ ਕਰਨਾ ਹੈ ਸਿਮਰਨ ਦਾ ਅਸਲ ਵਿੱਚ ਭਾਵ ਹੀ ਰੈਪੀਟੇਸ਼ਨ ਹੈ ਵਾਰ-ਵਾਰ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰਨਾ ਵਾਰ-ਵਾਰ ਉਹਦੇ ਗੁਣਾਂ ਨੂੰ ਚੇਤੇ ਕਰਨਾ ਤੇ ਚੇਤੇਸ਼ ਕਰਕੇ ਧਿਆਨ ਦੇਣਾ ਦੂਜੀ ਗੱਲ ਚੇਤੇਸ਼ ਕਰਕੇ ਕਰਨਾ ਹੈ ਕਿਉਂਕਿ ਜਿਹੜੀ ਚੀਜ਼ ਬੇਸ਼ੁਮਾਰ ਕੀਮਤੀ ਹੁੰਦੀ ਹੈ ਨਾ ਤੁਸੀਂ ਬਾਜ਼ਾਰ ਜਾਂਦੇ ਹੋ ਘਰੋਂ ਤੁਹਾਨੂੰ ਕੋਈ ਚੀਜ਼ ਕਹੀ ਜਾਂਦੀ ਵੀ ਆਹ ਚੀਜ਼ ਬਾਜ਼ਾਰੋਂ ਜ਼ਰੂਰ ਲੈ ਕੇ ਆਉਣਾ ਹੋਰ ਭਾਵੇਂ ਕੁਝ ਭੁੱਲ ਜਾਣਾ ਪਰ ਇਹ ਨੂੰ ਨਾ ਭੁੱਲਣਾ ਬੰਦਾ ਉਸ ਚੀਜ਼ ਨੂੰ ਵਾਰ-ਵਾਰ ਆਪਣੇ ਮਾਈਂਡ ਵਿੱਚ ਚੇਤੇ ਕਰਦਾ ਹੈ ਵੀ ਮੈਨੂੰ ਆਹ ਚੀਜ਼ ਘਰ ਮੈਂ ਜ਼ਰੂਰ ਲੈ ਕੇ ਜਾਣੀ ਕਿਤੇ ਭੁੱਲ ਨਾ ਜਾਵਾਂ ਕਿਉਂ ਕਿਉਂਕਿ ਇਹਨੂੰ ਪਤਾ ਹੈ ਉਸ ਚੀਜ਼ ਦੀ ਇੰਪੋਰਟੈਂਸ ਕੀ ਹੈ ਤੁਸੀਂ ਘਰ ਵਿੱਚ ਕੋਈ ਕੀਮਤੀ ਚੀਜ਼ ਕਿਸੇ ਘਰ ਦੇ ਕੋਨੇ ਵਿੱਚ ਲੁਕੋ ਕੇ ਰੱਖਦੇ ਹੋ ਖਿਆਲ ਕਰਿਓ ਕਦੀ ਐਸਾ ਨਹੀਂ ਹੁੰਦਾ ਬੰਦਾ ਕੋਈ ਛੋਟੀ ਚੀਜ਼ ਘਰ ਵਿੱਚ ਕਿਤੇ ਰੱਖ ਦੇ ਤੇ ਕਹਿੰਦਾ ਮੈਂ ਭੁੱਲ ਗਿਆ ਕਦੀ ਐਸਾ ਹੋਇਆ ਬੰਦੇ ਨੇ ਸੋਨਾ ਘਰ ਵਿੱਚ ਕਿਤੇ ਰੱਖਿਆ ਹੋਵੇ ਤੇ ਭੁੱਲ ਗਿਆ ਹੋਵੇ ਹੀਰੇ ਕਿਤੇ ਰੱਖੇ ਹੋਣ ਤੇ ਭੁੱਲ ਗਿਆ ਹੋਵੇ ਨਹੀਂ ਇਹ ਹਰ ਵੇਲੇ ਉਸ ਚੀਜ਼ ਨੂੰ ਚੇਤੇ ਕਰਦਾ ਹੈ ਵੀ ਮੈਂ ਫਲਾਣੀ ਥਾਂ ਤੇ ਰੱਖੇ ਨੇ ਕਿਤੇ ਮੈਨੂੰ ਭੁੱਲ ਨਾ ਜਾਣ ਪ੍ਰਮਾਤਮਾ ਦੇ ਗੁਣ ਪਰਮਾਤਮਾ ਦਾ ਸਿਮਰਨ ਉਹ ਕੀਮਤੀ ਖਜ਼ਾਨਾ ਹੈ ਦਾਤਾਰ ਪਿਤਾ ਕਹਿੰਦੇ ਨੇ ਨੂੰ ਵਾਰ-ਵਾਰ ਚੇਤੇ ਕਰ ਇੱਕ ਗੱਲ ਚੇਤੇ ਰੱਖੀ ਜੇ ਤੂੰ ਇਹਨੂੰ ਭੁੱਲ ਗਿਆ ਤੇ ਜੀਵਨ ਦੇ ਅੰਦਰ ਤੇਰੀ ਸਭ ਤੋਂ ਵੱਡੀ ਖੁਵਾਰੀ ਬਣ ਜਾਣੀ ਜੀਵਨ ਦੇ ਅੰਦਰ ਸਭ ਤੋਂ ਵੱਡਾ ਦੁੱਖ ਬਣ ਜਾਣਾ ਹੈ ਇਹਨੂੰ ਚੇਤੇ ਰੱਖੇਗਾ ਤੇ ਜੀਵਨ ਵਿੱਚ ਸੁਖੀ ਹੋਏਗਾ ਇਸ ਕਰਕੇ ਵਾਰ-ਵਾਰ ਪਰਿਪੂਰਨ ਪਰਮਾਤਮਾ ਦੇ ਗੁਣਾ ਨਾਲ ਸਿਮਰਨ ਨਾਲ ਜੁੜਨਾ ਹੈ ਤੀਸਰੀ ਗੱਲ ਅਸੀਂ ਫਿਰ ਕਈ ਵਾਰੀ ਕਹਿ ਦਿੰਦੇ ਹਾਂ ਪਹਿਲੀ ਗੱਲ ਕਿਉਂ ਪਰਮਾਤਮਾ ਦਾ ਸਿਮਰਨ ਵਾਰ-ਵਾਰ ਦੂਜੀ ਗੱਲ ਅਸੀਂ ਵੀ ਪਰਮਾਤਮਾ ਦਾ ਸਿਮਰਨ ਅਸਲ ਵਿੱਚ ਹੈ ਕੀ ਦਾਤਾਰ ਪਿਤਾ ਕਹਿੰਦੇ ਨੇ ਇਹ ਗੁਣ ਨੇ ਮਾਲਕ ਦੇ ਜਿਨ੍ਹਾਂ ਨੂੰ ਅਸੀਂ ਚੇਤੇ ਕਰਨਾ ਹੈ ਜਿਨ੍ਹਾਂ ਬਾਬਤ ਸਹਿਬ ਦੀ ਬਾਣੀ ਕਹਿੰਦੀ ਏ ਭਾਵੇਂ ਸਵੇਰੇ ਉਠਿਆ ਹੈ ਸਵੇਰੇ ਉਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਦਾਤਾਰ ਪਿਤਾ ਕਹਿੰਦੇ ਨੇ ਸਾਸ ਸਾਸ ਜਪਿਏ ਪ੍ਰਭ ਨਾਮ ਹਰ ਸਾਹ ਵਿੱਚ ਪਰਮਾਤਮਾ ਨੂੰ ਚੇਤੇ ਕਰ ਹਰ ਸਾਹ ਵਿੱਚ ਰੱਬ ਦੀ ਗੁਣਾਂ ਨੂੰ ਚੇਤੇ ਕਰ ਇਹਨੂੰ ਮੇਰੇ ਪਾਲਕ ਜੀ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵਉ ਕਲ ਕਲੇਸ਼ ਤਨ ਮਾਹੀ ਮਿਟਾਵਉ ਸਿਮਰਉ ਜਾਸ ਬਿਸੰਬਰ ਇਕੈ ਨਾਮ ਜਪਤ ਅਗਨੰਤ ਅਨੇਕੈ ਸਤਿਗੁਰ ਤੇਰੇ ਨਾਮ ਨੂੰ ਜਪਾਂ ਮੇਰੇ ਮਾਲਕ ਜੀ ਕਿਉਂ ਕਿਉਂਕਿ ਤੇਰਾ ਨਾਮ ਹੀ ਮੇਰੇ ਮਨ ਅੰਦਰ ਭਰੋਸਾ ਕਰਦਾ ਤੂੰ ਸਾਰਿਆਂ ਦੇ ਅੰਦਰ ਵੀ ਹੈ ਤੇ ਮੇਰੇ ਅੰਦਰ ਵੀ ਹੈ ਤੇਰੇ ਗੁਣਾਂ ਦੇ ਨਾਲ ਹੀ ਮੇਰੇ ਅੰਦਰ ਭਰੋਸਾ ਬਣਿਆ ਹੈ ਨੀ ਤੇ ਗੁਰਮਖੋ ਆਦ ਕਾਲ ਤੋਂ ਮਨੁੱਖ ਬਾਹਰ ਭਟਕਦਾ ਹੈ ਜੰਗਲਾਂ ਵਿੱਚ ਪਟਕ ਰਿਹਾ ਹੈ ਸੰਸਾਰ ਵਿੱਚ ਖਵਾਰ ਹੋ ਰਿਹਾ ਹੈ ਬਾਬੇ ਨਾਨਕ ਨੇ ਕਿਹਾ ਨਹੀਂ ਭਲਿਆ ਤੂੰ ਘਰ ਵਿੱਚ ਬਹਿ ਕੇ ਰੱਬ ਦੇ ਗੁਣਾਂ ਨੂੰ ਚੇਤੇ ਕਰ ਜਿਸ ਜਲ ਨੇਦ ਕਾਰਨ ਤੂੰ ਜਗ ਆਏ ਸੋ ਅੰਮ੍ਰਿਤ ਗੁਰਪਾਹੀ ਜਿਓ ਛੋਡੋ ਵੇਸ਼ ਭੇਖ ਚਤੁਰਾਈ ਦੁਬਦਾ ਇਹ ਫਲ ਨਾਹੀ ਜਿਉ ਮਨ ਰੇ ਮਤ ਕਤ ਜਾਹੀ ਜਿਉ हे ਮੇਰੇ ਮਨਾ ਕਿਧਰ ਦੌੜਦਾ ਏ ਪਰਿਪੂਰਨ ਪ੍ਰਮਾਤਮਾ ਦੇ ਗੁਣਾਂ ਨੂੰ ਦੇ ਸਿਮਰਨ ਨੂੰ ਆਪਣੀ ਹਿਰਦੇ ਵਿੱਚ ਚੇਤੇ ਕਰ ਜਦੋਂ ਮਨੁੱਖ ਜੁੜ ਗਿਆ ਨਾ ਸਤ ਜਾਣਿਓ ਓਦਣ ਸਤਗੁਰ ਦੇ ਇਹਨਾਂ ਗੁਣਾਂ ਦੀ ਪ੍ਰਤੀਤ ਤੇ ਭਰੋਸਾ ਅੰਦਰ ਵੱਜ ਜਾਂਦਾ ਏ ਇਹਨੂੰ ਹੀ ਮੇਰੇ ਸਤਗੁਰ ਜੀ ਫਿਰ ਨਾਮ ਕਹਿੰਦੇ ਨੇ ਨਾਮ ਅਸਲ ਵਿੱਚ ਪ੍ਰਮਾਤਮਾ ਦਾ ਹੁਕਮ ਏ ਜਦੋਂ ਅਸੀਂ ਉਹਦੇ ਹੁਕਮ ਨਾਲ ਜੁੜ ਗਏ ਤੇ ਸਾਰੀ ਬਾਣੀ ਜਦੋਂ ਅਸੀਂ ਪੜ੍ਹਦੇ ਆ ਨਾ ਇੱਕ ਅੰਗ ਤੋਂ ਲੈ ਕੇ 1400ਤੀ ਅੰਗ ਤੱਕ ਇਹ ਸਿਰਫ ਸਾਨੂੰ ਪਰਮਾਤਮਾ ਦੇ ਹੁਕਮ ਵਿੱਚ ਚੱਲਣ ਦੀ ਸਤਗੁਰ ਜੀ ਜੁਗਤ ਦੱਸਦੇ ਨੇ ਜੁਗਤ ਕਿਵੇਂ ਤੁਰਨਾ ਹੈ ਕਿਵੇਂ ਚੱਲਣਾ ਹੈ ਔਰ ਇਹ ਜੁਗਤਾਂ ਸਤਗੁਰ ਨੇ ਇੱਕ ਢੰਗ ਨਾਲ ਨਹੀਂ ਮੇਰੇ ਮਾਲਕ ਨੇ ਬਿਆੰਤ ਤਰੀਕਿਆਂ ਨਾਲ ਸਾਨੂੰ ਸਮਝਾਣ ਦਾ ਯਤਨ ਕੀਤਾ ਬਿਆੰਤ ਤਰੀਕਿਆਂ ਨਾਲ ਸਾਨੂੰ ਸਮਝਾਣ ਦਾ ਯਤਨ ਕੀਤਾ ਇਹਨੂੰ ਬਾਬਾ ਨਾਨਕ ਜੀ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਵਿੱਚ ਕਹਿੰਦੇ ਨੇ ਸੋਚੈ ਸੋਚਣਾ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁਪਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖਣਾ ਤਰੀ ਜੇ ਬੰਨਾਪੁਰਿਆ ਪਾਰ ਸਹਿਸਿਆਨ ਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿੰ ਸਚਿਆਰਾ ਹੋਈਐ ਕਿੰ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਸਤਿਗੁਰੂ ਕਹਿੰਦੇ ਨੇ ਉਸ ਹੁਕਮ ਨੂੰ ਚੇਤੇ ਕਰ ਜਿਹੜਾ ਤੇਰੇ ਨਾਲ ਲਿਖਿਆ ਜਿਹੜਾ ਤੇਰੇ ਨਾਲ ਭਾਵ ಪರಿਪੂਰਨ ਪ੍ਰਮਾਤਮਾ ਦੇ ਗੁਣ ਤੈਨੂੰ ਉਸ ਹੁਕਮ ਨਾਲ ਜੋੜਦੇ ਨੇ ਉਸ ਨਾਮ ਖਜ਼ਾਨੇ ਨਾਲ ਜੋੜਦੇ ਨੇ ਇਸੇ ਕਰਕੇ ਸਤਿਗੁਰ ਕਹਿੰਦੇ ਨੇ ਭਾਈ ਤੂੰ ਪ੍ਰਮਾਤਮਾ ਦੇ ਸਿਮਰਨ ਨਾਲ ਜੁੜ ਹੁਣ ਕਈ ਵਾਰੀ ਬੰਦਾ ਕਹਿ ਦਿੰਦਾ ਹੈ ਵੀ ਨਹੀਂ ਅਜੇ ਸਮਾਂ ਕੋਈ ਨਹੀਂ ਸਮਾਂ ਆਏਗਾ ਕਿਉਂਕਿ ਸਾਡੀ ਬਹੁਤਿਆਂ ਦੀ ਨਾ ਜੀਵਨ ਵਿੱਚ ਇਹ ਪ੍ਰੋਬਲਮ ਹੈ ਇਹ ਬਹੁਤ ਵੱਡੀ ਸਾਡੀ ਵਿਡੰਮਣ ਹੈ ਅਸੀਂ ਸੋਚਨੇ ਆ ਵੀ ਸ਼ਾਇਦ ਜਿਵੇਂ ਬਚਪਨ ਹੈ ਫਿਰ ਬਚਪਨ ਤੋਂ ਬਾਅਦ ਜਵਾਨੀ ਹੈ ਬਚਪਨ ਦੇ ਅੰਦਰ ਬੰਦਾ ਸੰਸਾਰ ਦੀਆਂ ਖੇਡਾਂ ਨੂੰ ਮਾਣਦਾ ਹੈ ਜਵਾਨੀ ਅੰਦਰ ਉਹ ਪੈਸਾ ਧਨ ਪਦਾਰਥ ਇਕੱਠੇ ਕਰਦਾ ਹੈ ਬੁਢੇਪੇ ਦੇ ਅੰਦਰ ਉਹ ਕਹਿੰਦਾ ਮੈਂ ਇਕੱਠੀ ਕੀਤੀ ਮਾਇਆ ਨੂੰ ਭੋਗਾਂਗਾ ਤੇ ਇਸੇ ਤਰ੍ਹਾਂ ਇੱਕ ਸਮਾਂ ਹੁੰਦਾ ਕਹਿੰਦਾ ਬਾਜੀ 60 ਕੁ ਸਾਲ ਦੀ ਉਮਰ ਲੰਘ ਜਾਏਗੀ ਨਾ ਫਿਰ ਕਦੇ ਰੱਬ ਦੇ ਨਾਮ ਦੀ ਗੱਲ ਕਰਾਂਗਾ ਫਿਰ ਮੈਨੂੰ ਕਿਉਂ ਵੀ ਰੱਬ ਨੂੰ ਚੇਤੇ ਕਰ ਲੋ ਸ਼ਬਦ ਦੀ ਬਾਣੀ ਦਾ ਇੱਕ ਬੜਾ ਪਿਆਰਾ ਬਚਨ ਹੈ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸੁੰਦਰ ਸੇਜ ਅਨੇਕ ਸੁਖ ਸਾਹਿਬ ਕਹਿੰਦੇ ਨੇ ਬੰਦੇ ਨੂੰ ਸੁੰਦਰ ਸੇਜਾ ਮਿਲ ਗਈ ਜਿੰਦੇ ਤੇ ਸੌਂਦਾ ਹੈ ਅਨੇਕਾਂ ਸੁਖ ਅਨੇਕ ਸੁਖ ਦਾ ਪਾਵੇ ਵੀ ਇੰਨੇ ਕੁ ਸੁਖ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਅਨੇਕ ਸੁਖ ਫਿਰ ਕਹਿੰਦੇ ਨੇ ਰਸ ਭੋਗਣ ਪੂਰੇ ਪੂਰੇ ਜੀਵਨ ਦੇ ਰਸ ਭੋਗਦਾ ਹੈ ਨਾਮ ਤੋਂ ਬਿਨਾ ਸਿਮਰਨ ਤੋਂ ਬਿਨਾ ਜੀਵਨ ਕੀ ਸਾਰੇ ਸੁਖ ਭੋਗਦਾ ਹੈ ਫਿਰ ਪਾਤਸ਼ਾਹ ਕਹਿੰਦੇ ਰਸ ਭੋਗਨ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਪਾਤਸ਼ਾਹ ਕਹਿੰਦੇ ਨੇ ਘਰ ਗ੍ਰਹਿ ਸੋਇਨ ਘਰ ਸੋਨਾਏ سونے ਦਾ ਬਣਿਆ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖਮਾਨ ਦਾ ਵੇਖੋ ਮੇਰੀਆਂ ਤੁਹਾਡੀਆਂ ਇੱਛਾਵਾਂ ਬੜੀਆਂ ਨੇ ਸੰਸਾਰ ਅੰਦਰ ਬੰਦੇ ਦੀਆਂ ਆਸਾਂ ਔਰ ਸਿਆਣੇ ਕਹਿੰਦੇ ਨੇ ਬੰਦਾ ਪੂਰਾ ਹੋ ਜਾਂਦਾ ਪਰ ਕਦੀ ਆਸਾਂ ਨਹੀਂ ਪੂਰੀਆਂ ਹੁੰਦੀਆਂ ਇਹਨੂੰ ਮੇਰੇ ਸਹਿਬ ਬਾਣੀ ਵਿੱਚ ਕਹਿੰਦੇ ਨੇ ਆਸਾ ਕਰਤਾ ਜਗਮੂਹਾਂ ਆਸਾ ਮਰੇ ਨਾ ਜਾਏ ਸਾਬ ਕਹਿੰਦੇ ਨੇ ਆਸਾ ਕਰਦੇ ਆ ਜਗ ਮਰ ਗਿਆ ਪਰ ਅੰਦਰ ਦੀ ਆਸ ਨਹੀਂ ਮਰੀ ਇਹ ਅਜੇ ਵੀ ਬੁਢੇਪੇ ਵਿੱਚ ਵੀ ਕਹਿੰਦਾ ਮੈਨੂੰ ਆ ਕੁਝ ਮਿਲ ਜਾਏ ਦਾਤਾਰ ਬਿਦਾ ਕਹਿੰਦੇ ਨੇ ਇਨਾ ਕੁਝ ਮਿਲ ਜਾਏ ਗਰੇ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖਮਾਨ ਦਾ ਕਿਛ ਨਾ ਹੀ ਵਿਸੂਰੇ ਪਰ ਅੰਤ ਸਾਬ ਕਹਿੰਦੇ ਨੇ ਸੋ ਪ੍ਰਭ ਚੀਤ ਨਾ ਆਬਈ ਜੇ ਰੱਬ ਚੇਤੇ ਨਹੀਂ ਆਇਆ ਹੁਣ ਸਤਗੁਰ ਕਹਿੰਦੇ ਨੇ ਕਿਉਂ ਵੀ ਜੇ ਰੱਬ ਚੇਤੇ ਨਹੀਂ ਆਇਆ ਤੇ ਕਿਉਂ ਬਾਦਸ਼ਾਹ ਕਿੰਨੇ ਨੇ ਇਸ ਕਰਕੇ ਕਿਉਂਕਿ ਰੱਬ ਦੇ ਗੁਣਾ ਨੇ ਤੈਨੂੰ ਦੱਸਣਾ ਸੀ ਤੂੰ ਸੰਸਾਰ ਵਿੱਚ ਜੀਵਨ ਬਸਰ ਕਿਵੇਂ ਕਰਨੇ ਨਹੀਂ ਤੇ ਗੁਰਮਖੋ ਵੇਖ ਲੋ ਤੁਹਾਨੂੰ ਐਸੇ ਮਨੁੱਖ ਆ ਜਿਸ ਥਾਂ ਤੇ ਆ ਹਿੰਦੁਸਤਾਨ ਅੰਦਰ ਅਸੀਂ ਦੇ ਰਹੇ ਹਾਂ ਇਥੋਂ ਦੀ 50% ਪੋਪੂਲੇਸ਼ਨ ਐਸੀ ਏ ਧਿਆਨ ਦੇਣਾ ਸੱਚ ਵਿੱਚ ਜਿਨ੍ਹਾਂ ਦੇ ਤੁਸੀਂ ਬਾਹਰ ਮੁਖੀ ਵਿਚਰਦੇ ਹੋ ਨਾ ਜਦੋਂ ਤੁਸੀਂ ਪਬਲਿਕ ਪਲੇਸ ਤੇ ਖੜ੍ਹੇ ਹੋ ਪਬਲਿਕ ਪਲੇਸ ਤੇ ਹਾਲਾਂਕਿ ਉਥੇ ਲਿਖਿਆ ਵੀ ਇਥੇ ਜਿਹੜਾ ਦੁਮਰਪਾਨ ਕਰਨਾ ਬੀਂਡੀ ਸਿਗਰਟ ਪੀਣਾ ਮਣੈ ਤੁਸੀਂ ਖੜਿਓ ਉਹ ਪਬਲਿਕ ਪਲੇਸ ਤੇ ਪਰ ਸੱਚ ਜਾਣਿਓ ਚੰਗੇ ਪੜ੍ਹੇ ਲਿਖੇ ਐਜੂਕੇਟਿਡ ਲੋਗ ਤੁਹਾਨੂੰ ਇੱਕ ਨਹੀਂ 2 ਨਹੀਂ ਬਹੁਤ ਮਿਲ ਜਾਣਗੇ ਜਿਹੜੇ ਤੁਹਾਡੇ ਕੋਲੋਂ ਆ ਆ ਕੇ ਤੁਹਾਡੇ ਮੂੰਹ ਤੇ ਧੂਆਂ ਮਾਰ ਕੇ ਅੱਗੇ ਜਾਣਗੇ ਪੁੱਛਿਆ ਜਾਏ ਵੀ ਇਹ ਮਨੁੱਖਾ ਜੀਵਨ ਹੈ ਗੁਰਬਾਣੀ ਕਹਿੰਦੀ ਨਹੀਂ ਇਹ ਮਨੁੱਖਾ ਜੀਵਨ ਹੀ ਅਸਲ ਵਿੱਚ ਪਸ਼ੂਆਂ ਵਾਲਾ ਜੀਵਨ ਹੈ ਕਿਉਂ ਸਤਗੁਰ ਕਹਿੰਦੇ ਨੇ ਇਹਨੂੰ ਸਮਝ ਨਹੀਂ ਜਿਵੇਂ ਦਾਤਾਰ ਪਿਤਾ ਕਹਿੰਦੇ ਨੇ ਪਸ਼ ਅਪੱਖ ਅਪੱਖ ਨਾ ਜਾਣਈ ਪਸ਼ੂ ਦਾ ਕਰਮ ਏ ਉਹਨੂੰ ਨਹੀਂ ਪਤਾ ਮੈਂ ਕੀ ਖਾਣਾ ਤੇ ਕੀ ਨਹੀਂ ਖਾਣਾ ਉਹਨੂੰ ਨਹੀਂ ਪਤਾ ਉਹਦੇ ਸਾਹਮਣੇ ਤੁਸੀਂ ਜ਼ਹਿਰ ਰੱਖਦੇ ਹੋ ਪਾਣੀ ਵਿੱਚ ਮਿਲਾ ਕੇ ਉਹਨੇ ਤਾਂ ਵੀ ਪਾਣੀ ਸਮਝ ਕੇ ਪੀ ਜਾਣਾ ਬੰਦੇ ਨੂੰ ਕਹਦੇ ਹੋ ਵੀ ਪਾਣੀ ਵਿੱਚ ਜ਼ਹਿਰ ਮਿਲਾਇਆ ਇਹਨੂੰ ਪੀ ਬੰਦਾ ਕਹਿਗਾ ਜੀ ਮੈਂ ਮਰਨਾ ਥੋੜਾ ਏ ਜ਼ਹਿਰ ਮਿਲਾਇਆ ਨੇ ਅੰਦਰ ਪੀਵਾਂ ਸਾਬ ਕਹਿੰਦੇ ਨੇ ਬੰਦੇ ਨੂੰ ਸਮਝ ਇਹਨੂੰ ਭਾਈ ਸਾਹਿਬ ਪਾਈ ਗੁਰਦਾਸ ਕਹਿੰਦੇ ਨੇ ਪਸ਼ੂਆ ਮਨੁੱਖ ਦੇ ਅੰਤਰ-ਅੰਤਰ ਇਹ ਹੈ ਸ਼ਬਦ ਸੁਰਤ ਕੋ ਵਿਵੇਕ ਅਭਿਵੇਕ ਹੈ ਫਰਕ ਇਹ ਨੇ ਜੇ ਅੰਦਰੋ ਵਿਵੇਕ ਨਿਕਲ ਗਈ ਜੇ ਅੰਦਰੋ ਗਿਆਨ ਨਿਕਲ ਗਿਆ ਗਿਆਨ ਕੀਏ ਗੁਰੂ ਦੇ ਗੁਣ ਪ੍ਰਮਾਤਮਾ ਦੇ ਗੁਣ ਪ੍ਰਮਾਤਮਾ ਦੇ ਗੁਣ ਕੀਨੇ ਪ੍ਰਮਾਤਮਾ ਦਾ ਨਾਮ ਤੇ ਪ੍ਰਮਾਤਮਾ ਦਾ ਨਾਮ ਕੀਏ ਪ੍ਰਮਾਤਮਾ ਦਾ ਹੁਕਮ ਪਰ ਕਰਨ ਤੁਸੀਂ ਕਿਸੇ ਪਾਸੇ ਲੈ ਕੇ ਟੁਰੋ ਪਰ ਆਉਗੇ ਥਈ ਪਰਮਾਤਮਾ ਦੇ ਨਾਮ ਰਬੀ ਗੁਣਾ ਦੇ ਉੱਪਰ ਸਤਿਗੁਰ ਕਹਿੰਦੇ ਨੇ ਭਲਿਆ ਜੁੜ ਇਹਨਾਂ ਕੁਝ ਤੈਨੂੰ ਮਿਲ ਜਾਏ ਪ੍ਰਭ ਸੋ ਪ੍ਰਭ ਚਿਤਨਾ ਆਵਈ ਵਿਸ਼ਟਾ ਕੇ ਕੀੜੇ ਦਾ ਤਾਰ ਪਿਤਾ ਕਹਿੰਦੇ ਨੂੰ ਗੰਦਗੀ ਦੇ ਕੀੜੇ ਨੇ ਇਹਨੂੰ ਸਾਬ ਕਿੰਦੇ ਨੇ ਸੋ ਉਲਾਮੈ ਦਿਨ ਕੇ ਰਾਤੀ ਮਿਲਨ ਸੰਹਸ ਸਿਵ ਸਲਾਹਨ ਛੱਡ ਕੇ ਕਰੰਗੀ ਲੱਗਾ ਹੰਸ ਫਿਟ ਅਵੇਹਾ ਜੀਵਿਆ ਜਿਤ ਖਾਏ ਵਿਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸਭੂ ਦੁਸ਼ਮਣ ਹੇਤ ਜੇ ਨਾਮ ਸਿਮਰਨ ਨਹੀਂ ਤੇ ਸਤਿਗੁਰ ਕਹਿੰਦੇ ਨੇ ਜਿਨ੍ਹਾਂ ਨੂੰ ਸਵਾਦ ਲੈ ਲੈ ਕੇ ਖਾਂਦਾ ਸੈਂ ਅੱਜ ਉਹ ਤੇਰੇ ਜੀਵਨ ਵਿੱਚ ਰੋਗ ਬਣ ਗਏ ਵੇਖੋ ਜੀ ਅੱਜ ਸਾਡੇ ਦੇਸ਼ ਦੀ ਬਹੁਤੀ ਆਬਾਦੀ ਇਸੇ ਕਰਕੇ ਦੁਖੀ ਹੈ ਨਾ ਵੀ ਜਿਨ੍ਹਾਂ ਕੁਝ ਜਵਾਨੀ ਵਿੱਚ ਭੋਗਿਆ ਨਾ ਬੁਢੇਪੇ ਵਿੱਚ ਉਹ ਚੀਜ਼ਾਂ ਰੋਗ ਬਣ ਗਈਆਂ ਰੋਗ ਬਣ ਸੰਜਮ ਨਹੀਂ ਸੀ ਨਾ ਜੀ ਜੀਵਨ ਵਿੱਚ ਹੁਣ ਸੰਜਮ ਖਤਮ ਹੋ ਗਿਆ ਜੀ ਨਹੀਂ ਕੋਈ ਗੱਲ ਨਹੀਂ ਜੀ ਖਾ ਲਓ ਜਿਹੜਾ ਕੁਝ ਜਿਦਨ ਬੁਢੇਪੇ ਵਿੱਚ ਆਇਆ ਜੀ ਉਹ ਚੀਜ਼ਾਂ ਰੋਗ ਬਣ ਗਈਆਂ ਜਵਾਨੀ ਵਿੱਚ ਜਿਨ੍ਹਾਂ ਨਾਲ ਹੇਤ ਸੀ ਸਾਬ ਕਹਿੰਦੇ ਨੇ ਬੁਢੇਪੇ ਵਿੱਚ ਦੁਸ਼ਮਣ ਬਣ ਗਈਆਂ ਨਾ ਹੁਣ ਇਹ ਦੁਸ਼ਮਣ ਬਣ ਗਈਆਂ ਸਾਬ ਕਹਿੰਦੇ ਨੇ ਜਿਨ੍ਹਾਂ ਜਿਨ੍ਹਾਂ ਨਾਲ ਹੇਤ ਕੀਤਾ ਸੀ ਭਾਈ ਰੱਬ ਨੇ ਤੈਨੂੰ ਹੰਸ ਬਣਾਇਆ ਸੀ ਤੂੰ ਕਾਂ ਬਣ ਗਿਆ ਤੂੰ ਬਗਲਾ ਬਣ ਕੇ ਜੀਵਨ ਬਤੀਤ ਕੀਤਾ ਤੇ ਸਾਬ ਕਹਿੰਦੇ ਨੇ ਕਿਉਂ ਹੋਇਆ ਇਹ ਐਸੇ ਕਰਕੇ ਵਾਪਰਿਆ ਕਿਉਂਕਿ ਤੇਰੇ ਕੋਲੋਂ ਪ੍ਰਮਾਤਮਾ ਦਾ ਸਿਮਰਨ ਨਹੀਂ ਤੇਰੇ ਕੋਲੋਂ ਰੱਬ ਦੀ ਯਾਦ ਨਹੀਂ ਰੱਬ ਦੇ ਗੁਣ ਨਹੀਂ ਰੱਬ ਦੇ ਗੁਣਾ ਨਾਲ ਜੁੜੀਏ ਗੁਰਮਖੋ ਮਾਲਕ ਨੇ ਕਿਰਪਾ ਕੀਤੀ ਕਬੀਰ ਮਾਨਖ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਰ ਜਿਉ ਬਨ ਫਲ ਪਾ ਕੇ ਪੁਹੇ ਗਿਰੈ ਬਹੁਰ ਨਾ ਲਾਗੇ ਢਾਰ ਸਾਹਿਬ ਕਹਿੰਦੇ ਨੇ ਸ਼ਰੀਰਵੇਂ ਹੈ ਜਿਵੇਂ ਰੁੱਖ ਤੇ ਲੱਗਾ ਫਲ ਡਿਗ ਪਵੇ ਦੁਬਾਰਾ ਨਹੀਂ ਲੱਗਦਾ ਸਾਹਿਬ ਕਹਿੰਦੇ ਨੇ ਮਾਲਕ ਨੇ ਦੇ ਦਿੱਤੀ ਹੈ ਬੜੀ ਕੀਮਤੀ ਹੈ ਮਨੁੱਖਾ ਮਾਨਖ ਜਨਮ ਦੁਲੰਭ ਗੁਰਮੁਖ ਪਾਈ ਹੈ ਗੁਰੂ ਦੀ ਕਿਰਪਾ ਨਾਲ ਮਿਲੀ ਇਹ ਐਵੇਂ ਨਹੀਂ ਮਿਲੀ ਬੰਦਾ ਕਵੇ ਜੀ ਮੈਨੂੰ ਰੱਬ ਨੇ ਦੇ ਦਿੱਤੀ ਸਾਹਿਬ ਕਹਿੰਦੇ ਨੇ ਐਵੇਂ ਨਹੀਂ ਮਿਲੀ ਉਹਨਾਂ ਨੂੰ ਪੁੱਛੋ ਜਿਨ੍ਹਾਂ ਕੋਲੋ ਸਰੀਰ ਦਾ ਕੋਈ ਇੱਕ ਅੰਗ ਨਹੀਂ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਕੋਲੋ ਸਰੀਰ ਚੰਗਾ ਏ ਪਰ ਸੋਚਨ ਤੇ ਸਮਝਣ ਦੀ ਤਾਕਤ ਕੋਈ ਨਹੀਂ ਇਹ ਸਰੀਰ ਦੀ ਵਡਿਆਈ ਕੀ ਏ ਤਾਂ ਹੀ ਸਾਬ ਕਹਿੰਦੇ ਨੇ ਇਹ ਬੜਾ ਕੀਮਤੀ ਹੈ ਇਹਦੀ ਵਡਿਆਈ ਇਹਦੇ ਅੰਦਰ ਪਰੀਪੂਰਨ ਪਰਮਾਤਮਾ ਦੇ ਗੁਣਾਂ ਨੂੰ ਰੱਬ ਦੀ ਵਡਿਆਈ ਨੂੰ ਸਮਝ ਚੇਤੇ ਕਰ ਤਾਂ ਕੀ ਤੇਰਾ ਸੰਸਾਰ ਜਗਤ ਵਿੱਚ ਆਣਾ ਸਫਲਾ ਹੋ ਜਾਏ ਔਰ ਇਸੇ ਵਿੱਚੋਂ ਹੀ ਮਨੁੱਖ ਚੰਗੇ ਸਮਾਜ ਨੂੰ ਸਿਰਜਦਾ ਹੈ ਚੰਗੇ ਸੰਸਾਰ ਨੂੰ ਸਿਰਜਦਾ ਹੈ ਇਹਨੂੰ ਹੀ ਮੇਰੇ ਸਤਿਗੁਰ ਪਾਤਸ਼ਾਹ ਜੀ ਹਲੀ ਮੀ ਰਾਜ ਕਹਿੰਦੇ ਨੇ ਬਚਨ ਸਤਿਗੁਰ ਕੀ ਬਾਣੀ ਦੇ ਨੇ ਗੁਰੂ ਕਿਰਪਾ ਕਰਨ ਤਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਨੂੰ ਸਾਰਿਆਂ ਨੂੰ ਆਪਣੀ ਚਰਣਾ ਵਿੱਚੋਂ ਅੰਮ੍ਰਿਤ ਬਾਣੀ ਨਾਲ ਨਾਮ ਨਾਲ ਆਪਣੀ ਗੁਣਾਂ ਨਾਲ ਜੁੜਨ ਦੀ ਦਾਤ ਬਖਸ਼ਣ ਇਹਨਾਂ ਗੁਣਾਂ ਨੂੰ ਸਮਝਣ ਤੇ ਕਮਾਨ ਦੀ ਦਾਤ ਬਖਸ਼ਣ ਤੇ ਸਭ ਤੋਂ ਵੱਡੀ ਗੱਲ ਆਪਣੇ ਆਪਣੇ ਜੀਵਨ ਵਿੱਚ ਇੰਪਲੀਮੈਂਟ ਕਰਨ ਲਾਗੂ ਕਰਨ ਦੀ ਦਾਤ ਬਖਸ਼ਣ ਇਹ ਅਰਦਾਸ ਕਰੀਏ ਮੇਰੇ ਮਾਲਕ ਜਿੰਨੀ ਬਾਣੀ ਪੜਨੇ ਆ ਕਿਰਪਾ ਕਰਿ ਇਸ ਬਾਣੀ ਅਨੁਸਾਰ ਆਪਣੇ ਜੀਵਨ ਨੂੰ ਜਿਉ ਸਕੀਏ ਅਰਦਾਸ ਕਰੀਏ ਗੁਰੂ ਕਿਰਪਾ ਕਰੇ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਨਾਲ ਸਹਿਬ ਦੀ ਪਾਵਨ ਬਾਣੀ ਦੀ ਵਿਚਾਰ ਸਰਵਣ ਕੀਤੀ ਗੁਰੂ ਕੇ ਸੇਵਾਦਾਰ ਗੁਰੂ ਕੇ ਵਜ਼ੀਰ ਸਮੂਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਸਵੇਰੇ ਵੀ ਆਪ ਸੰਗਤਾਂ ਦੇ ਦਰਸ਼ਨ ਕਰਾਏ ਇਹਨਾਂ ਦੀਵਾਨਾਂ ਵਿੱਚ ਆਪ ਸੰਗਤਾਂ ਦੇ ਦਰਸ਼ਨ ਕਰਾਏ ਮਾਲਕ ਕਿਰਪਾ ਕਰੇ ਸਭਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਅੰਮ੍ਰਿਤ ਬਾਣੀ ਦਾ ਪਿਆਰ ਬਖਸ਼ਿਸ਼ ਕਰਨ ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਡੰਡੋਤ ਬੰਧਨ ਨਾਨਕ ਬਾਣ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇਸ਼ਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ नाश्री महल्ला पञ्चमा